ਭਾਜੀ ਨੇ ਜਿਵੇਂ ਮੈਨੂੰ ਇੱਕ ਨਾ ਵੀ ਲੱਤ 'ਚ ਪ੍ਰੋਬਲਮ ਦੱਸਿਆ, ਭਾਈ ਸਾਹਮਣੇ ਤੋਂ ਖੜੇ ਹੋ ਕੇ ਸਪੈਸ਼ਲ ਸ਼ੋਰ ਦੇ ਵਿੱਚੋਂ ਮੈਨੂੰ ਆਇਆ ਤਾਂ ਮੈਨੂੰ ਇੱਥੋਂ ਮੱਥੇ 'ਤੇ ਚੁੰਮਿਆ, ਕਿਉਂਕਿ ਉਹਨਾਂ ਜਿਹੜਾ ਬੁਲਾਉਣ ਦਾ ਸਟਾਈਲ ਹੈ ਨਾ, ਮੈਂ ਸ਼ਾਇਦ ਹੀ ਕਿਸੇ ਸਟਾਰ ਦੇ ਅੰਦਰ ਵੇਖਿਆ। ਠੀਕ ਹੈ, ਜਿਵੇਂ ਕੋਈ ਮੈਂ ਕੋਈ ਬਹੁਤ ਵੱਡਾ ਉਹਨਾਂ ਪੁਰਾਣਾ ਲੰਗੋਟੀਆ ਯਾਰ ਜਾਂ ਕੋਈ ਦੋਸਤ ਹੋਵਾਂ, ਜਿਵੇਂ ਭਾਜੀ ਮੈਨੂੰ ਵੇਖਿਆ ਆਓ ਆਓ ਜੀ ਆਓ ਬੈਠੋ, ਮੈਨੂੰ ਚੇਅਰ ਦਿੱਤੀ ਉਹਨੇ ਬੈਨਿਟ ਦੀ ਅੱਗਰ, ਉਹ ਕਹਿੰਦਾ ਚਲਾ ਜਾ ਘਰ ਪੇ ਭਾਈ, ਕਿਆ ਯਾਰ ਕੁਛ ਨਹੀਂ ਹੋਗਾ ਤੇਰਾ, ਕੁਛ ਨਹੀਂ ਕਰ ਸਕਦਾ, ਇਹ ਉਹ ਬਹੁਤ ਮਿਲੇ ਨੇ, ਬਹੁਤ ਮਿਲਦੇ ਨੇ। ਫਾਇਲ ਕਰਕੇ ਰਹਿੰਦਾ ਸੀ, ਮੈਨੂੰ ਲੱਗਦਾ ਵੀ ਜਿਵੇਂ ਫਿਲਮਾਂ 'ਚ ਵੇਖਦਾ ਨਾ, ਸ਼ਾਇਦ ਰੀਅਲ 'ਚ ਵੀ ਉਹ ਮੈਂ ਸਟਾਰ ਹੋਣਾ। 350 ਜ਼ਿਆਦਾ ਸ਼ੋਅ ਕਰ ਚੁੱਕਿਆ। 350? ਹਾਂਜੀ। ਠੀਕ ਹੈ। 50-60 ਤੋਂ ਜ਼ਿਆਦਾ ਮੇਰੇ ਕੋਲ ਅਚੀਵਮੈਂਟ ਹੈਗੇ ਨੇ, ਸਰਟੀਫਿਕੇਟਸ ਹੈਗੇ ਨੇ, ਅਵਾਰਡਸ ਹੈਗੇ ਨੇ। ਇੱਕ ਮੋਚੀ ਦਾ ਬੇਟਾ ਸਿਰਫ 2000 ਰੁਪਏ ਲੈ ਕੇ ਗਿਆ ਸੀ ਮੁੰਬਈ। ਠੀਕ ਹੈ। ਸਿਰਫ 2000 ਰੁਪਏ, ਅਤੇ ਮੈਂ ਸਿਰਫ 3700 ਦੇ ਫੋਨ ਦੇ ਨਾਲ ਕਮ ਸੇ ਕਮ 2-4 ਲੱਖ ਰੁਪਏ ਕਮਾਇਆ। ਅਤੇ ਜਿਵੇਂ ਥੋੜ੍ਹਾ ਮੈਂ ਚੱਲਿਆ, ਪੂਰੀ ਔਡੀਅੰਸ ਖੜੀ ਹੋ ਗਈ, ਜੱਜਿਸ ਖੜੇ ਹੋ ਗਏ। ਠੀਕ ਹੈ। ਅਤੇ ਉਹਨਾਂ ਨੇ ਮੈਨੂੰ ਗੱਲ ਲਾ ਕੇ ਜਦੋਂ ਸੀਨੇ ਨਾਲ ਤਾਲੀਆਂ ਮਾਰੀਆਂ ਨਾ, ਅਗਰ ਮੈਨੂੰ ਫਸਟ ਵਾਰ ਕੋਈ ਬਾਹਰ ਲੈ ਕੇ ਗਿਆ ਨਾ ਬੰਦਾ, ਕੋਈ ਸ਼ਹਿਰ ਤੋਂ ਬਾਹਰ ਲੈ ਗਿਆ, ਮੇਰੇ ਫਾਦਰ ਸਾਹਿਬ। 2019 'ਚ ਮੇਰੀ ਮੈਰਿਜ ਹੋਈ ਔਰ 2019 'ਚ ਮੇਰੀ ਜ਼ਿੰਦਗੀ ਤੂਫਾਨ ਆਇਆ। ਅੱਜ ਦੀ ਕੁੜੀਆਂ ਨੇ ਚੰਨਾ ਚੀਜ਼ ਬਹੁਤ ਹੋ ਗਈ ਹੈ, ਧੋਖਾਧੜੀ ਬਹੁਤ ਹੋ ਰਹੀ ਹੈ, ਕਿਉਂਕਿ ਕਿਸੇ ਸਿੱਧੇ ਬੰਦੇ ਨਾਲ ਕਿਸੇ ਦਾ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਅੱਛਾ। ਬਈ ਮਾਰਦੇ ਕੁੱਟਦੇ ਨੇ, ਟੋਰਚਰ ਕਰਦੇ ਨੇ, ਸਮਝੋ ਕਿ ਇਹਦੇ ਪਾਪਾ ਗਲਤ ਨਜ਼ਰ ਮੁੱਦੀ, ਉਹ ਵੀ ਸਾਰੀ ਚੀਜ਼ਾਂ ਨੂੰ ਪਾਤੀ। ਤਾਂ ਮੈਨੂੰ ਵੂਮੈਨ ਮੇਰੇ ਚੰਡੀਗੜ੍ਹ ਅੰਦਰ ਉਹਨਾਂ ਨੇ ਕੇਸ ਲਾਏ ਸੀ ਮੇਰੇ 'ਤੇ। ਕੁਛ ਸਿੱਧੇ ਬੰਦੇ ਨਾਲ ਇਹ ਜਿਹਾ ਬੁਰਾ ਹੋ ਜਾਂਦਾ ਕਿ ਉਹ ਬੰਦਾ ਨਾ ਸਾਰੀ ਉਮਰ ਇਹ ਸੋਚਦਾ ਰਹਿੰਦਾ ਕਿ ਮੈਂ ਕਿਸੇ ਦਾ ਮਾੜਾ ਕੀ ਕੀਤਾ, ਇਹ ਮਾੜਾ ਕੀ ਕੀਤਾ ਹੈ ਰੱਬਾ, ਤੂੰ ਵੀ ਮੈਨੂੰ ਸੱਚਾ ਵੀ ਬਣਾ ਤਾ, ਜਾਂ ਤੂੰ ਮੈਨੂੰ ਝੂਟਿਆਂ ਦੀ ਭਰਤੀ 'ਚ ਕਰ ਦਿੰਦਾ। ਮੈਂ ਕਹਿੰਦਾ ਵੀ ਮੇਰੇ ਡੈਡੀ ਕਹਿੰਦਾ ਜਦੋਂ ਤੂੰ ਬਾਪ ਬਣੇਗਾ, ਉਹ ਗੱਲ ਯਾਦ ਆ ਗਈ ਵੀ ਜਦੋਂ ਖੁਦ ਬੰਦਾ ਪਿਓ ਬੰਦਾ ਵੀ ਬਿਲਕੁਲ ਜੀ। ਬਈ ਮੈਂ ਤਾਂ ਨਹੀਂ ਕੁਛ ਕਹਾਂਗਾ, ਪਰ ਇੰਨਾ ਹੈ ਕਿ ਜਦੋਂ ਉਹ ਰੱਬ ਹਿਸਾਬ ਲੈਣ 'ਤੇ ਆਉਂਦਾ ਹੈ, ਚੰਗਾ ਖਾਂਦਾ, ਹੱਸਦਾ ਰਹਿੰਦਾ, ਡੇੜੀ ਅੰਦਰ ਜੁੱਤੀਆਂ ਗੜਦਾ, ਬੂਟ ਪਾਲਿਸ਼ ਕਰਦਾ ਹੈ, ਅਤੇ ਆਪ ਹੈ ਮੇਰੇ ਅੰਦਰ, ਉਹ ਨਾ ਮਤਲਬ ਦਿਮਾਗ ਦੀ ਪਾਤੀ ਮੈਨੂੰ ਖਾਂਦੇ ਰਹੇ ਨੇ ਅੰਦਰੋਂ ਅੰਦਰੋਂ। ਠੀਕ ਹੈ। ਬਈ ਜਦੋਂ ਮੈਂ ਕੁਛ ਨਹੀਂ ਸੀ ਤਾਂ ਮੈਨੂੰ ਐਡਵਾਈਸ ਦਿੰਦੇ ਸੀ, ਜਦੋਂ ਮੈਂ ਅੱਗੇ ਵਧਣ ਲੱਗਿਆ ਨਾ, ਤਾਂ ਮੈਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਮੇਰੀ ਕਾਟ ਕਰਨ ਲੱਗ ਗਏ, ਲੱਤਾਂ ਖਿੱਚਣ ਲੱਗ ਗਏ। ਮੈਂ ਜਦੋਂ ਰੋਡ 'ਤੇ ਹੁੰਦਾ ਸੀ, ਬਾਈ ਜੀ ਆ ਘਰ ਤੱਕ ਛੱਡ ਦਿਓ, ਹੈਲੋ ਵੀਰੇ ਆ ਯਾਰ ਪਲੀਜ਼ ਆ ਥੱਕ ਗਿਆ ਘਰੇ ਛੱਡ ਦੇਗਾ, ਵੀਰੇ ਰੁਕੀ ਯਾਰ ਵੀਰੇ ਰੁਕੀ, ਕੋਈ ਰੋਕਦਾ ਸੀ ਕੋਈ ਨਹੀਂ ਰੁਕਦਾ ਸੀ। ਮੈਂ ਰੋਣ ਲੱਗ ਗਿਆ ਉੱਥੇ ਜਾ ਕੇ, ਕਿਉਂਕਿ ਮੇਰੇ ਕੱਪੜੇ ਚੈਨ ਸਭ ਕੁਛ ਉਹਦੇ 'ਚ ਸੀ, ਕਿਉਂਕਿ ਆਪਾਂ ਕੋਟ ਪੈਂਟ ਨਾਲ, ਹਾਂਜੀ ਹਾਂਜੀ ਹਾਂ, ਉਹ ਸਾਰਾ ਕੁਝ ਚਲਾ ਗਿਆ ਮੇਰਾ। ਪਿੰਡ ਦੇ ਲੋਕ ਹੁੰਦੇ ਆ, ਉਹ ਕਹਿੰਦੇ ਤਾਂ ਚਾਜ ਹੈ ਚਾਜ, ਤਾਂ ਚਾਜ ਲਈ ਫਿਰਦਾ ਹੀ ਹੋਇਆ ਆ ਵੇਖੋ ਚਾਜ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਂਝ ਦਿਲ ਤੋਂ ਦਿਲਾਂ ਦੀ ਚੈਨਲ 'ਤੇ। ਮੈਂ ਹਾਂ ਏਵੀ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਰੰਗ ਜ਼ਿੰਦਗੀ ਦੇ। ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗਾਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਅਤੇ ਅੱਜ ਜਿਸ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਬਾਇਓਰੀ ਹੈਂਡੀਕੈਪਟ ਨੇ, ਪਰ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਡਾਂਸ ਕਰਦੇ ਨੇ, ਕੋਰੋਗ੍ਰਾਫਰ ਨੇ ਅਤੇ ਮਾਡਲਿੰਗ ਕਰਦੇ ਨੇ। ਅਸੀਂ ਅੱਜ ਪਹੁੰਚੇ ਹਾਂ ਫਾਜ਼ਿਲਕਾ ਦੀ ਰਾਧਾ ਸਵਾਮੀ ਕਲੋਨੀ 'ਚ, ਅਤੇ ਬਾਈ ਸੋਨੂ ਟਾਈਗਰ ਸਾਡੇ ਨਾਲ ਨੇ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਾਈਗਰ ਹੈਂਡਸਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਾਈ ਨਾਲ ਪੂਰੀ ਗੱਲਬਾਤ ਕਰਾਂਗੇ ਉਹਨਾਂ ਦੀ ਪੂਰੀ ਲਾਈਫ ਬਾਰੇ, ਉਹਨਾਂ ਦੀ ਸਟਾਰਟਿੰਗ ਤੋਂ ਲੈ ਕੇ ਅੱਜ ਤੱਕ ਦੀ ਪੂਰੀ ਜਰਨੀ ਬਾਰੇ। ਆਹੋ ਸਵਾਗਤ ਕਰਦੇ ਹਾਂ ਬਾਈ ਦਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਸਿਹਤ ਤਾਂ ਠੀਕ? ਹਾਂਜੀ ਵਧੀਆ, ਤੁਸੀਂ ਦੱਸੋ ਠੀਕ ਹੋ? ਹਾਂਜੀ। ਅਤੇ ਬਾਈ ਆਪਾਂ ਗੱਲ ਸ਼ੁਰੂ ਤੋਂ ਕਰਾਂਗੇ। ਮੇਰਾ ਸਵਾਲ ਹੁੰਦਾ ਜਿਹੜਾ ਹੈਂਡੀਕੈਪਟ ਹੁੰਦਾ ਨਾ ਬੰਦਾ, ਮੇਰਾ ਪਹਿਲਾ ਸਵਾਲ ਹੀ ਉਹਨੂੰ ਇਹੀ ਹੁੰਦਾ ਕਿ ਜਿਹੜਾ ਇਹ ਤੁਹਾਨੂੰ ਪ੍ਰੋਬਲਮ ਆਈ ਹੈ,
ਹਾਂਜੀ ਇਹ ਬਚਪਨ ਮਤਲਬ ਜਨਮ ਤੋਂ ਸੀ ਜਾਂ ਬਾਅਦ 'ਚ ਕੋਈ ਦਿੱਕਤ ਆਈ ਕਿਸੇ ਤਰ੍ਹਾਂ ਦੀ ਪ੍ਰੋਬਲਮ? ਨਹੀਂ ਨਹੀਂ ਇਹ ਬਾਅਦ 'ਚ ਆਈ ਹੈ ਮੈਨੂੰ, ਇਹ ਬਚਪਨ ਤੋਂ ਨਹੀਂ ਹੈ ਜੀ। ਇਹ ਜਦੋਂ ਮੈਂ 1.5-2 ਸਾਲ ਦਾ ਸੀ ਹਾਂਜੀ ਅਤੇ ਮੈਨੂੰ ਫੀਵਰ ਹੋ ਗਿਆ ਸੀ। ਠੀਕ ਹੈ। ਜਦੋਂ ਫੀਵਰ 'ਚ ਡਾਕਟਰ ਨੇ ਕੀ ਕੀਤਾ ਕਿ ਉਹਨੇ ਇੰਜੈਕਸ਼ਨ ਹੀ ਲਾਈ ਦਾ ਹੁੰਦਾ, ਪਰ ਉਹਨਾਂ ਨੇ ਮੈਨੂੰ ਹਾਂਜੀ ਉਹਨਾਂ ਨੇ 104 ਬੁਖਾਰ ਦੇ ਅੰਦਰ ਮੈਨੂੰ ਇੰਜੈਕਸ਼ਨ ਲਾਤਾ ਸੀ। ਠੀਕ ਹੈ। ਅਤੇ ਇਹ ਜਦੋਂ ਮੈਂ 2 ਸਾਲ ਦਾ ਸੀ ਨਾ, ਇਹ ਪ੍ਰੋਬਲਮ ਉਦੋਂ ਸਟਾਰਟ ਹੋਈ। ਠੀਕ ਹੈ, ਪਹਿਲਾਂ ਤੁਸੀਂ ਸਹੀ ਸੀ? ਹਾਂਜੀ, ਮੈਂ ਪਹਿਲਾਂ ਬਿਲਕੁਲ ਨੋਰਮਲ ਸੀ। ਠੀਕ ਹੈ, ਇੱਕ ਡਾਕਟਰ ਦੀ ਗਲਤੀ ਕਰਕੇ ਕਹਿ ਲਓ ਵੀ, ਹੈ ਨਾ, ਕਿਸਮਤ ਦੀ ਗੱਲ ਕਹਿ ਲਓ ਜਾਂ ਡਾਕਟਰ ਦੀ, ਜਿਵੇਂ ਮਰਜ਼ੀ ਹੁਣ ਕਹਿ ਸਕਦੇ ਹੋ, ਮਾਲਕ ਨੇ ਕਰਨਾ ਹੁੰਦਾ, ਹੈ ਨਾ। ਜੀ ਜੀ ਹਾਂਜੀ, ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਬਿਲਕੁਲ ਜੀ, ਬਿਲਕੁਲ। ਅਤੇ ਬਾਈ ਜੀ, ਤੁਹਾਡਾ ਕਾਫੀ ਨਾਮ ਸੁਣਿਆ, ਕਾਫੀ ਫੇਮ 'ਚ ਰਹਿੰਦੇ ਹੋ ਤੁਸੀਂ, ਫਾਜ਼ਿਲਕਾ 'ਚ ਵੀ ਅਤੇ ਫਾਜ਼ਿਲਕਾ ਤੋਂ ਬਾਹਰ ਵੀ। ਤੁਸੀਂ ਹੈਂਡੀਕੈਪਟ ਸੀ, ਕੋਈ ਹੋਰ ਕਿੱਤਾ ਕਿਉਂ ਨਹੀਂ ਚੁਣਿਆ? ਇਹ ਵਾਲੀ ਲਾਈਨ 'ਚ ਕਿਉਂ ਤੁਸੀਂ ਆਏ? ਮਤਲਬ ਕਹਿੰਦੇ ਕੁਝ ਚੀਜ਼ਾਂ ਇਨਸਾਨ ਨੂੰ ਜੀਣ ਵਾਸਤੇ ਉਹ ਦੱਸਦੀਆਂ ਨੇ ਜਾਂ ਰਸਤਾ ਦਿਖਾਉਂਦੀਆਂ ਨੇ, ਬਿਲਕੁਲ ਬਿਲਕੁਲ, ਉਹ ਮੈਨੂੰ ਪ੍ਰੇਰਿਤ ਕਰਦੀਆਂ ਨੇ ਜੀ। ਜੋ ਮੈਂ ਸਟਾਰਟਿੰਗ ਤੋਂ ਹੀ ਬਾਲੀਵੁੱਡ 'ਚ ਬਹੁਤ ਇੰਟਰਸਟ ਰੱਖਿਆ ਬਚਪਨ ਤੋਂ ਹੀ। ਠੀਕ ਹੈ। ਚਾਹੇ ਮੈਂ ਤੁਰ ਫਿਰ ਨਹੀਂ ਪਾ ਸਕਦਾ ਸੀ ਜਾਂ ਮੈਂ ਜ਼ਿਆਦਾ ਚੱਲ ਨਹੀਂ ਪਾ ਰਹੀ, ਲੋਕਾਂ ਨੇ ਮੈਨੂੰ ਜ਼ਿਆਦਾ ਪਿਆਰ ਨਹੀਂ ਮਿਲਿਆ, ਬਹੁਤ ਹੀ ਹੀਨ ਭਾਵਨਾ ਸ਼ਿਕਾਰ ਹੋਇਆ ਮੈਂ ਨਾ ਬਚਪਨ ਤੋਂ। ਪਰ ਜੋ ਮੇਰਾ ਟੀਵੀ ਸੀ ਨਾ, ਉਹ ਟੀਵੀ ਮੇਰੇ ਅੰਦਰ ਨੇ ਇੱਕ ਗੁਰੂ ਬਣ ਕੇ ਰਿਹਾ ਸਟਾਰਟਿੰਗ ਤੋਂ ਜੀ। ਮਤਲਬ ਉਹਨਾਂ ਨੂੰ ਵੇਖ ਬਾਲੀਵੁੱਡ ਤੋਂ, ਜਦੋਂ ਉਹਨਾਂ 'ਚ ਡਾਂਸ ਚੱਲਦਾ ਸੀ ਜਾਂ ਗਾਣੇ ਚੱਲਦੇ ਸੀ, ਉਹ ਮੇਰੇ ਸਰੀਰ ਨੂੰ ਨਾ ਚੱਲਣ ਦੀ ਕੋਸ਼ਿਸ਼ ਕਰਦੇ ਸੀ ਮੇਰੇ ਸਰੀਰ, ਜਿਵੇਂ ਹੁਣੇ ਮੈਂ ਡਾਂਸ ਕਰਨ ਲੱਗ ਜਾ, ਮੈਂ ਹੁਣੇ ਭੱਜਣ ਲੱਗ ਜਾ, ਸਰੀਰ ਜ਼ਰੂਰ ਕੰਮ ਨਹੀਂ ਕਰਦਾ ਸੀ, ਪਰ ਅੰਦਰੋਂ ਨਾ ਇੱਕ ਜਨੂੰਨ ਪੈਦਾ ਹੁੰਦਾ ਸੀ ਉਹਨਾਂ ਵੇਖ ਕੇ। ਹਾਂਜੀ। ਪਰ ਕਹਿੰਦੇ ਨਾ ਸਮਾਂ ਬੀਤਦਾ ਹੌਲੀ 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 ਕਰਦੇ ਕਰਦੇ ਕਰਦੇ, ਜੋ 2012-13 ਆਇਆ ਨਾ ਜੀ, ਉਦੋਂ ਮੇਰੀ ਸਟਾਰਟਿੰਗ ਹੋਈ, ਮੇਰੀ ਜਰਨੀ ਦੀ ਜਿਹੜੀ ਬਿਗਨਿੰਗ ਹੈਗੀ ਨਾ, ਉੱਥੋਂ ਸਟਾਰਟਿੰਗ ਹੋਈ ਮੇਰੀ। ਠੀਕ ਹੈ। ਜਿਵੇਂ ਕਹਿ ਲਓ ਵੀ ਡਾਂਸ ਵਾਲਾ ਕੀੜਾ। ਹਾਂਜੀ ਹਾਂਜੀ, ਸ਼ੁਰੂ ਤੋਂ ਹੀ ਸੀਗਾ ਅੰਦਰ। ਉਹ ਮੇਰੇ ਇੱਕ ਬਰਥਡੇ ਹੈਗਾ ਸੀ ਅਤੇ ਮੇਰੇ ਕੁਛ ਟਿਊਸ਼ਨ ਦੇ ਜਾਂ ਮੇਰੇ ਸਕੂਲ ਦੇ ਕੋਈ ਫਰੈਂਡਸ ਵਗੈਰਾ ਆਏ ਸੀ ਜੀ, ਅਤੇ ਪਤਾ ਨਹੀਂ ਉਹ ਕਹਿੰਦੇ ਵੀ ਮੈਂ ਟਾਈਗਰ ਡਾਂਸ ਕਰ ਲੈਂਦਾ, ਉਦੋਂ ਮੈਨੂੰ ਸੋਨੂੰ ਕਹਿੰਦੇ ਸੀ ਵੀ ਇਹ ਡਾਂਸ ਕਰ ਲੈਂਦਾ ਹੈ। ਠੀਕ ਹੈ। ਮੈਨੂੰ ਬਹੁਤ ਸ਼ਰਮ ਆ ਰਹੀ ਸੀ ਹੀਨ ਭਾਵਨਾ, ਕਿਉਂਕਿ ਵੀ ਉਹ ਮੈਨੂੰ ਵੇਖਣਗੇ ਵੀ ਮੈਨੂੰ ਪਤਾ ਨਹੀਂ ਕਿੱਦਾਂ ਦਾ ਲੱਗੇਗਾ, ਪਰ ਮੈਨੂੰ, ਮੈਂ ਅਨਮਿਚੋਰ ਸੀ ਪਹਿਲੀ ਵਾਰ। ਹਾਂਜੀ ਹਾਂਜੀ, ਪਹਿਲੀ ਵਾਰ ਮੈਨੂੰ ਕੋਈ ਇੰਨੀ ਉਹ ਨੌਲੇਜ ਨਹੀਂ ਸੀ, ਔਰ ਮੈਂ ਬਹੁਤ ਸ਼ਰਮੀਲਾ ਵੀ ਸੀ ਉਦੋਂ, ਔਰ ਹੀਨ ਭਾਵਨਾ ਸ਼ਿਕਾਰ ਸੀ ਨਾ, ਖੁੱਲ ਕੇ ਬੋਲ ਨਹੀਂ ਪਾਉਂਦਾ ਸੀ ਨਾ ਕਿਸੇ ਦਾ ਅੱਗੇ ਸਾਹਮਣੇ ਵੀ ਜ਼ਿਆਦਾ ਨਹੀਂ ਆ ਪਾਉਂਦਾ। ਹਾਂਜੀ। ਤਾਂ ਉਦੋਂ ਜਦੋਂ ਮੈਂ ਆਪਦੇ ਵੱਡੇ ਦੇ ਹੌਲੀ ਡਾਂਸ ਕੀਤਾ ਨਾ, ਬੈਠੇ ਬੈਠੇ ਹੈ 2-4 ਹੱਥ ਪੇਰ ਜੇ ਹਿਲਾਏ, ਕਹਿ ਸੋਲੋ ਉਹ 2-4 ਹੱਥ ਪੇਰ ਲਾਏ ਨਾ, ਉਸ ਤੋਂ ਮੇਰੀ ਸਟਾਰਟਿੰਗ ਹੋ ਗਈ। ਜੇ ਆਪਾਂ ਡਾਂਸ ਦੀ ਗੱਲ ਕਰੀਏ, ਹਾਂਜੀ ਹਾਂਜੀ, ਉਹ ਕਦੋਂ ਸਟਾਰਟਿੰਗ ਹੋਈ ਵੀ ਪਰਫਾਰਮੈਂਸ ਦੇਣ ਲੱਗੇ ਤੁਸੀਂ ਸਟੇਜਾਂ ਤੇ, ਜਾਂ ਤੁਹਾਨੂੰ ਲੋਕ ਬੁਲਾਉਣ ਲੱਗੇ, ਜਾਂ ਤੁਸੀਂ ਕੰਪੀਟੀਸ਼ਨਾਂ 'ਚ ਜਾਣ ਲੱਗੇ? ਮੈਂ ਫਸਟ ਟਾਈਮ ਮਾਡਲਿੰਗ ਕੀਤੀ ਸੀ ਜੀ। ਜਦੋਂ ਮਾਡਲਿੰਗ ਕੀਤੀ ਨਾ, ਕੁਛ ਲੋਕਾਂ ਨੇ ਮੈਨੂੰ ਰਾਏ ਦਿੱਤੀ ਕਿ ਤੁਸੀਂ ਡਾਂਸ ਕਰੋ। ਠੀਕ ਹੈ। ਵੀ ਤੁਹਾਨੂੰ ਹੋਰ ਲੋਕ ਲਾਈਕ ਕਰਨਗੇ ਜੀ, ਤੁਹਾਨੂੰ ਹੋਰ ਜ਼ਿਆਦਾ ਮੋਟੀਵੇਟ ਮਿਲੇਗਾ, ਤੁਹਾਨੂੰ ਲੋਕਾਂ ਦਾ ਹੋਰ ਜ਼ਿਆਦਾ ਪਿਆਰ ਮਿਲੇਗਾ, ਤੁਸੀਂ ਨਾਲ ਨਾਲ ਡਾਂਸ ਸਟਾਰਟ ਕਰ ਦਿਓ। ਠੀਕ ਹੈ। ਤੁਹਾਨੂੰ ਬਹੁਤ ਬੈਨੀਫਿਟ ਰਹੇਗਾ। ਹਾਂਜੀ। ਤਾਂ ਉਸ ਵਕਤ ਮੈਂ ਡਾਂਸ ਸਟਾਰਟ ਕਰਤਾ ਸੀ। ਠੀਕ ਹੈ। ਮਤਲਬ ਹੋਰ ਜ਼ਿਆਦਾ। ਅਤੇ ਜਦੋਂ ਮੰਨ ਲਓ ਆਪਾਂ ਜੇ ਗੱਲ ਕਰੀਏ, ਲੋਕ ਕੀ ਹੁੰਦੇ ਆ ਕਿ ਆਪਾਂ ਤਾਂ ਜਿਵੇਂ ਫਿਜ਼ੀਕਲੀ ਆਪਾਂ ਹੈਂਡੀਕੈਪਟ ਹੈ, ਲੋਕ ਮੈਂਟਲੀ ਹੈਂਡੀਕੈਪ ਬਹੁਤ ਲੋਕ ਦੇਖੇ ਆ ਮੈਂ। ਹਾਂਜੀ ਹਾਂਜੀ। ਜਦੋਂ ਤੁਸੀਂ ਪਰਫੋਰਮ ਕਰਨ ਜਾਂਦੇ ਸੀ, ਇਸ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ ਸੀ ਵੀ ਵਿਚਾਰਾ? ਨਹੀਂ, ਮੈਂ ਆ ਚੀਜ਼ ਨੂੰ ਕਦੇ ਨਹੀਂ ਨੋਟਿਸ ਕਰਦਾ ਸੀ। ਮੈਂ ਇਹ ਸੋਚਦਾ ਸੀ ਵੀ ਹੁਣ 2-4 ਬੰਦੇ ਆ ਗਏ ਨੇ, ਹੁਣ ਮੇਰਾ ਨੰਬਰ ਕਦੋਂ ਤੇ ਮੈਂ ਕਦੋਂ ਸਟੇਜ ਫਾੜਨੀ ਹੈ। ਠੀਕ ਹੈ। ਆ ਚੀਜ਼ ਨੂੰ ਰਹਿੰਦਾ ਸੀ। ਹਾਂਜੀ, ਗਾਲੀ ਰਹਿੰਦੀ ਸੀ। ਹਾਂ ਵੀ ਮੈਨੂੰ ਆ ਚੀਜ਼ ਤਾਂ ਬਿਲਕੁਲ ਨਹੀਂ ਰਹਿੰਦਾ ਸੀ ਕਿ ਮੈਂ ਹੈਂਡੀਕੈਪ, ਮੈਨੂੰ ਇਹ ਕਿ ਆਹ ਵਧੀਆ ਕਰ ਗਏ, ਹੁਣ ਮੈਂ ਜਦੋਂ ਮੇਰੀ ਵਾਰੀ ਆਏਗੀ ਨਾ ਤਾਂ ਮੈਂ ਲੋਕਾਂ ਨੂੰ ਖੜਾ ਕਰ ਦੇਣਾ। ਬਿਲਕੁਲ। ਮੈਂ ਲੋਕਾਂ ਨੂੰ ਮਜਬੂਰ ਕਰ ਦੇਣਾ ਹੈ ਖੜੇ ਹੋਣ, ਖੜੇ ਹੋ ਕੇ ਕਲੈਪ ਕਰਨ। ਠੀਕ। ਆ ਚੀਜ਼ ਨੂੰ ਰਹਿੰਦਾ ਉਸ ਟਾਈਮ। ਮਤਲਬ ਤੁਸੀਂ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਤੇ ਜੇ ਆਪਾਂ ਸਫਰ ਦੀ ਗੱਲ ਕਰੀਏ, ਪਹਿਲੇ ਦਿਨ ਤੋਂ ਸਟਾਰਟਿੰਗ ਕਰਕੇ ਕਿੱਥੋਂ ਤੱਕ ਅੱਜ ਤੱਕ ਪਰਫਾਰਮ ਕਰ ਚੁੱਕੇ ਹੋ ਤੁਸੀਂ? ਮੇਰਾ ਜਿੱਥੇ ਤੱਕ ਆਈਡੀਆ, ਮੈਂ ਲਗਭਗ ਮੇਰੇ 15 ਸਾਲਾਂ ਦੇ ਮੈਂ 350 ਜ਼ਿਆਦਾ ਸ਼ੋਅ ਕਰ ਚੁੱਕਿਆ। 350। ਹਾਂਜੀ ਹਾਂਜੀ। ਠੀਕ ਹੈ। 50-60 ਤੋਂ ਜ਼ਿਆਦਾ ਮੇਰੇ ਕੋਲ ਅਚੀਵਮੈਂਟ ਹੈਗੇ ਨੇ, ਸਰਟੀਫਿਕੇਟਸ ਹੈਗੇ ਨੇ, ਅਵਾਰਡਸ ਹੈਗੇ ਨੇ, ਜੋ ਕਾਫੀ ਦਿੱਲੀ, ਮੁੰਬਈ, ਹਰਿਆਣਾ, ਰਾਜਸਥਾਨ,
ਆਲ ਇੰਡੀਆ ਮੈਂ ਮਤਲਬ ਕਰ ਚੁੱਕਿਆ ਪਰਫੋਰਮ। ਠੀਕ ਹੈ, ਤੁਸੀਂ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਤੁਸੀਂ ਬੰਬੇ ਵੀ ਸ਼ਾਇਦ ਡਾਂਸ ਇੰਡੀਆ ਡਾਂਸ 'ਚ ਗਏ ਸੀ। ਹਾਂਜੀ ਹਾਂਜੀ, ਉਦੋਂ ਮੈਂ 2014-15 'ਚ ਗਿਆ ਸੀ। ਠੀਕ ਹੈ, ਲਗਾਤਾਰ ਆਡੀਸ਼ਨ ਦਿੱਤੇ ਸੀ। ਠੀਕ ਹੈ, ਪਰ ਕਹਿੰਦੇ ਨਾ ਹਰ ਕੋਈ ਬੰਦਾ ਉਸ ਲਾਈਨ ਦੇ ਵਿੱਚ ਨਹੀਂ ਜਾ ਸਕਦਾ, ਜਾਂ ਮਤਲਬ ਮਤਲਬ ਮੈਂ ਕੋਸ਼ਿਸ਼ ਕੀਤੀ ਕਿ ਮੈਂ ਵੀ ਉਹਨਾਂ ਟੀਵੀ 'ਚ ਆ ਜਾਵਾਂ, ਪਰ ਰੱਬ ਨੂੰ ਕੁਛ ਹੋਰ ਸੀ। ਅਤੇ ਤੁਸੀਂ ਇੰਡਸਟਰੀ ਦੀ ਆਪਾਂ ਗੱਲ ਕੀਤੀ, ਤੁਸੀਂ ਉਸ ਇੰਡਸਟਰੀ 'ਚ ਹੋਰ ਵੀ ਕੰਮ ਕੀਤਾ? ਹਾਂਜੀ ਹਾਂਜੀ, ਮੈਂ 2-3 ਗਾਣੇ ਕੀਤੇ ਜੀ। ਠੀਕ ਹੈ, ਜਦੋਂ ਮੈਂ ਗਿਆ ਸੀ ਕਿ ਮੁੰਬਈ ਇਹ ਜੀ ਚੀਜ਼ ਹੈ ਨਾ, ਹਾਂਜੀ, ਉਹ ਖੂਹ ਹੈ ਇੱਕ ਤਰ੍ਹਾਂ ਦਾ, ਸੁਣਿਆ ਹੋਣਾ ਤੁਸੀਂ ਹੈ ਨਾ, ਮੁੰਬਈ ਇੱਕ ਤਰ੍ਹਾਂ ਖੂਹ ਹੈ, ਜਿੰਨਾ ਤੁਸੀਂ ਜਾਓਗੇ ਓਨਾ ਡੂੰਘਾ ਡੂੰਘਾ ਜਾ ਜਾਊਗਾ ਜੀ। ਅਤੇ ਆਪਣੇ ਪੰਜਾਬੀ ਦੀ ਤਰ੍ਹਾਂ ਦੇ ਲੋਕ ਨਹੀਂ ਹੈ, ਉਹ ਸਿਰਫ ਕੰਮ ਤੋਂ ਕੰਮ ਦੀ ਗੱਲ ਕਰਦੇ ਆ। ਠੀਕ ਹੈ, ਕੋਈ ਸਿਮਤੀ ਨਹੀਂ, ਕੋਈ ਤੁਹਾਨੂੰ ਇਹ ਨਹੀਂ ਬਈ ਬਾਏ ਇਹ ਆਹ ਖਾ ਲਓ ਜੀ, ਆਹ ਕਰ ਲਓ ਜੀ, ਨਾ ਨਾ, ਤੁਹਾਡਾ ਕੰਮ ਹੋ ਗਿਆ ਜੀ, ਤੁਸੀਂ ਆਪਦੇ ਕਰੇ, ਮੈਂ ਆਪਦੇ ਕਰੇ। ਠੀਕ ਹੈ, ਤੁਹਾਡੇ ਕੋਈ ਦੁੱਖ ਨਾਲ ਤੁਹਾਨੂੰ ਕੋਈ ਮਤਲਬ ਨਹੀਂ, ਤੁਹਾਡਾ ਕੀ ਨਾਲ ਲਾਈਫ 'ਚ ਚੱਲ ਰਿਹਾ, ਤੁਹਾਨੂੰ ਕੀ ਹੋ ਰਿਹਾ, ਤੁਸੀਂ ਘਰੋਂ ਕਿੱਦਾਂ ਦੇ ਹੈਗੇ ਹੋ, ਗਰੀਬ ਹੋ, ਅਮੀਰ, ਕੋਈ ਇੰਟਰਸਟ ਨਹੀਂ ਉਹਨਾਂ ਨੂੰ। ਠੀਕ ਹੈ, ਮਤਲਬ ਸਿਰਫ ਆਪਣੇ ਮਤਲਬ ਤੱਕ ਨੇ ਕੰਮ ਕਰਾਉਣਾ ਹੈ ਅਤੇ ਉਸ ਤੋਂ ਬਾਅਦ ਦਾ ਕੋਈ ਪਤਾ ਨਹੀਂ। ਪਰ ਮੇਰੀ ਤੁਸੀਂ ਪੁੱਛੋ ਵੀ ਮੈਂ ਕਿਵੇਂ ਉੱਧਰ ਆਪਣੇ ਆਪ ਨੂੰ ਸੈੱਟ ਕੀਤਾ, ਸੈੱਟ ਕਰਨ ਵਾਸਤੇ ਨਾ ਇਨਸਾਨ ਦਿੰਦਾ ਨਾ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਕਲਾਕਾਰ, ਹਾਂਜੀ, ਔਰ ਇੱਕ ਹੁੰਦਾ ਅੰਦਰੋਂ ਸੱਚਾ ਇਨਸਾਨ। ਬਿਲਕੁਲ, ਉਹ ਦੋ ਚੀਜ਼ਾਂ ਜੇ ਨਾ ਹੋਣ ਨਾ ਤਾਂ ਉਹ ਜਿਹੜਾ ਉਤਲਾ ਕਲਾਕਾਰ ਹੈ ਨਾ ਉਹ ਬੇਕਾਰ ਹੋ ਜਾਂਦਾ, ਜੇ ਤੁਸੀਂ ਅੱਛੇ ਇਨਸਾਨ ਨਹੀਂ ਹੈਗੇ। ਉਹ ਕਹਿੰਦੇ ਨਾ ਵੀ ਕੁਛ ਕਰਨ ਦਾ ਜਜ਼ਬਾ ਵੀ ਹੋਣਾ ਚਾਹੀਦਾ ਤੇ ਤੁਹਾਡੇ ਨਾਲ ਤੁਹਾਡੀ ਸੱਚਾਈ ਵੀ ਹੋਣੀ ਚਾਹੀਦੀ ਹੈ। ਤੇ ਤੁਸੀਂ ਮੰਨੋਗੇ ਨਹੀਂ, ਇੱਕ ਮੋਚੀ ਦਾ ਬੇਟਾ ਸਿਰਫ 2000 ਰੁਪਏ ਲੈ ਕੇ ਗਿਆ ਸੀ ਮੁੰਬਈ। ਠੀਕ ਹੈ, ਸਿਰਫ 2000 ਰੁਪਏ, ਮੇਰੇ ਨਾਲ ਕੀ ਸੀ, ਸੱਚਾਈ, ਇਮਾਨਦਾਰੀ, ਕਦੇ ਮੈਂ ਝੂਠ ਨਹੀਂ ਬੋਲ ਕੇ ਕਿਸੇ ਤੋਂ ਪੈਸੇ ਠੱਗੀ ਮਾਰੀ ਵੀ ਮੈਂ ਹੈਂਡੀਕੈਪ ਹੂੰ, ਪਲੀਜ਼ ਸਰ ਮੈਨੂੰ ਦੇ ਦੀਜੀਏ, ਮੇਰੇ ਘਰ 'ਤੇ ਮੇਰੇ ਪਾਪਾ ਬਿਮਾਰ ਹੈ, ਮਾਂ ਬਿਮਾਰ ਹੈ, ਮੈਂ ਕਦੇ ਵੀ ਮੁੰਬਈ ਚਾਰਚੀ ਕਦੇ ਨਹੀਂ ਕੀਤੀ ਜੀ, ਕਦੇ ਵੀ ਨਹੀਂ ਕੀਤੀ, ਸੱਚਾਈ ਮਨ ਨਾਲ ਕੀਤੀ, ਮਿਹਨਤ ਕੀਤੀ। ਮੈਂ ਹਾਂ ਇੱਕ ਜ਼ਰੂਰ ਕਹਿੰਦਾ ਸੀ ਵੀ ਤੁਸੀਂ ਮੈਨੂੰ ਕੰਮ ਦਿਓ ਤੇ ਕੰਮ ਦੇਖੋ ਮੇਰਾ, ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਖੁਸ਼ ਕਰ ਦਾਂਗਾ ਬਸ। ਜੇ ਆਪਣੇ ਕੋਲ ਆਇਆ ਆਪਾਂ ਉਹੀ ਦੇ ਸਕਦੇ, ਹਾਂ ਮੈਂ ਆਪਾਂ ਕੰਮ ਵੇਖ ਕੇ ਜੇ ਆਪਾਂ ਨੂੰ ਅੱਗੇ ਕੰਮ ਮਿਲਦਾ ਤਾਂ ਉਹੀ ਬੈਟਰ ਹੈ। ਤੇ ਬਹੁਤ ਸਾਰੇ ਡਾਇਰੈਕਟਰ ਨੂੰ ਬਹੁਤ ਚੀਜ਼ ਬਹੁਤ ਵਧੀਆ ਲੱਗਦੀ ਸੀ ਵੀ ਬੰਦੇ ਦਾ ਜਨੂਨ ਹੈ, ਉਹ ਮੇਰੇ ਜਨੂਨ ਵੇਖਦੇ ਸੀ। ਠੀਕ ਹੈ, ਮੈਂ ਕਦੇ ਥੱਕਦਾ ਨਹੀਂ ਸੀ, ਮੈਂ ਸ਼ੂਟ ਵੀ ਕਰਤੇ ਨੇ, ਮੈਂ ਡਾਇਰੈਕਸ਼ਨ ਵੀ ਕੀਤੀ ਉੱਥੇ। ਠੀਕ ਹੈ, ਮੈਂ ਕੋਰੀਓਗ੍ਰਾਫੀ ਕੀਤੀ ਹੈ। ਠੀਕ, ਜੇ ਇੰਡਸਟਰੀ ਦੇ ਵਿੱਚੋਂ ਕਿਸੇ ਦੇ ਸਾਥ ਦੀ ਗੱਲ ਕਰੀਏ, ਹਾਂਜੀ ਹਾਂਜੀ, ਕੁਝ ਲੋਕ ਜਿਨ੍ਹਾਂ ਨੇ ਸਾਥ ਦਿੱਤਾ? ਹਾਂ ਬਹੁਤ ਸਾਰੇ ਹੈਗੇ ਨੇ, ਇੱਕ ਦਾ ਨਾਮ ਲਊਂਗਾ ਤਾਂ ਸ਼ਾਇਦ ਵਧੀਆ ਨਹੀਂ ਲੱਗਣਾ। ਠੀਕ ਹੈ, ਬਹੁਤ ਅੱਛੇ ਇਨਸਾਨ ਨੇ। ਠੀਕ ਹੈ, ਜੇ ਉਹ ਸੁਣਦੇ ਹੋਣਗੇ ਤਾਂ ਮੈਂ ਉਹਨਾਂ ਨੂੰ ਥੈਂਕ ਯੂ ਕਹਿੰਦਾ ਕਿ ਉਹਨਾਂ ਨੇ ਮੈਨੂੰ ਇੰਨਾ ਮਤਲਬ ਸਪੋਰਟ ਕੀਤਾ ਉਸ ਟਾਈਮ 'ਤੇ, ਕਿਉਂਕਿ ਮੈਂ ਗਲੀਆਂ 'ਚ ਘੁੰਮਦਾ ਸੀ, ਉੱਥੇ ਰੋਡਾਂ 'ਤੇ ਘੁੰਮਦਾ ਸੀ, ਆਡੀਸ਼ਨ ਦੇਣ ਵੀ ਜਾਂਦਾ ਸੀ, ਕਿਉਂਕਿ ਉੱਥੇ ਜ਼ਿਆਦਾਤਰ ਕੀ ਹੁੰਦਾ ਸੀ ਕਿ ਨੋਰਮਲ ਲੋਕਾਂ ਨੂੰ ਸਿਲੈਕਟ ਜਲਦੀ ਕਰ ਲੈਂਦੇ ਸੀ, ਫਿਰ ਮੇਰੇ ਲਈ ਚੈਲੰਜ ਹੁੰਦਾ ਸੀ ਕੋਈ ਸੀਰੀਅਲ ਦਾ ਸ਼ੂਟ ਚੱਲ ਰਿਹਾ, ਅਰੇ ਭਾਈ ਆਪ ਵੀ ਆਇਓ, ਉਹ ਬਸ ਸ਼ਾਇਦ ਮੇਰਾ ਮਨ ਰੱਖਣ ਵਾਸਤੇ ਮੇਰਾ ਨਾਮ ਵੀ ਲਿਖ ਲੈਂਦੇ ਸੀ, ਫੋਨ ਨੰਬਰ ਵੀ ਲੈ ਲੈਂਦੇ ਸੀ ਜੀ, ਬਟ ਮੈਨੂੰ ਕਿਤੇ ਨਾ ਕਿਤੇ ਪਤਾ ਚੱਲ ਗਿਆ ਸੀ ਮੇਰੀ ਸਿਲੈਕਸ਼ਨ ਨਹੀਂ ਹੋਣੀ, ਬਾਅਦ 'ਚ ਫੋਨ ਨਹੀਂ ਆਉਂਦਾ ਸੀ, ਨਹੀਂ ਆਉਂਦੇ ਸੀ, ਤਾਂ ਫਿਰ ਮੈਂ ਉਸ ਤੋਂ ਬਾਅਦ ਨਾ ਆਪਦਾ ਫੀਲਡ ਅਲੱਗ ਬਣਾ ਲਿਆ। ਠੀਕ ਹੈ, ਅਤੇ ਆਪਾਂ ਜੇ ਗੱਲ ਕਰੀਏ ਇੱਥੋਂ ਦੀ ਆਪਣੇ ਫੈਮਿਲੀ ਦੀ, ਸਾਡੇ ਫਾਦਰ ਸਾਹਿਬ ਮੋਚੀ ਨੇ ਹੈ ਨਾ, ਹਾਂਜੀ ਹਾਂਜੀ, ਕੰਮ ਕਰਦੇ, ਹਾਂਜੀ ਹਾਂਜੀ, ਅਤੇ ਕਹਿੰਦੇ ਵੀ ਘਰ ਚਲਾਉਣਾ ਵੀ ਸ਼ਾਇਦ ਔਖਾ ਕਾਫੀ ਸੀ, ਹਾਂਜੀ, ਉਹਨਾਂ ਦੀ ਸਪੋਰਟ ਕਿਵੇਂ ਰਹੀ ਤੁਹਾਨੂੰ ਵੀ, ਉਹਨਾਂ ਨੇ ਕਿਵੇਂ ਮਤਲਬ ਮੋਚੀ ਦਾ ਕੰਮ ਕਰਕੇ ਤੁਹਾਨੂੰ ਇਸ ਲੈਵਲ ਤੱਕ ਪਹੁੰਚਾਇਆ? ਦੇਖੋ ਕਹਿੰਦੇ ਨੇ ਕਿ ਟੁੱਟੇ ਹੋਏ ਕਹਿੰਦੇ ਨਾ ਡੁੱਬਦੇ ਹੋਏ ਨਾ ਕਿਸ਼ਤੀ ਨੂੰ ਤਿਣਕੇ ਦਾ ਸਾਰਾ ਕਾਫੀ ਹੈ ਨਾ ਜੀ, ਤਾਂ ਮੈਂ ਡੈਡੀ ਨੇ ਤਾਂ ਬਹੁਤ ਕੁਝ ਦਿੱਤਾ ਮੈਨੂੰ, ਮੈਨੂੰ ਤਾਂ ਕੋਈ ਕਹਿ ਨਾ ਕੋਈ ਚੱਕਦਾ ਨਹੀਂ ਹੁੰਦਾ, ਬੁਲਾਉਂਦਾ ਨਹੀਂ ਹੁੰਦਾ ਸੀ, ਹਾਂਜੀ, ਡੈਡੀ ਨੇ ਪਿਆਰ ਬਹੁਤ ਦਿੱਤਾ ਮੈਨੂੰ। ਠੀਕ ਹੈ, ਚਾਹੇ ਉਹਨਾਂ ਮੈਨੂੰ ਆਰਟਿਸਟ ਦੇ ਬਾਰੇ ਕੁਛ ਦੱਸਿਆ ਨਾ, ਜਾਂ ਉਹਨਾਂ ਨੂੰ ਕੁਝ ਵਿਚਾਰੇ ਨੌਲੇਜ ਨਹੀਂ ਹੈਗੀ ਉਹ ਚੀਜ਼ ਦੇ ਬਾਰੇ, ਉਹ ਇੱਕ ਸਿੰਪਲ ਇਨਸਾਨ ਹੈਗੇ, ਆਪਣੇ ਕੰਮ 'ਚ, ਹਾਂ ਕੰਮ 'ਚ ਮਸਤ ਨੇ, ਪਰ ਉਹਨਾਂ ਨੇ ਮੈਨੂੰ ਆਹ ਚੀਜ਼ ਦੀ ਹਿੰਮਤ ਦਿੱਤੀ, ਕਦੇ ਉਹਨਾਂ ਮੈਨੂੰ ਆਹ ਫੀਲ ਨਹੀਂ ਦਿੱਤਾ ਕਿ ਮੈਂ ਹੈਂਡੀਕੈਪ ਆ ਜੀ, ਅਤੇ ਉਹ ਮੈਨੂੰ ਪਿਆਰ ਨਹੀਂ ਕਰਦੇ ਜੀ, ਇੱਦਾਂ ਕਦੇ ਫੀਲ ਨਹੀਂ ਦਿੱਤਾ, ਮਤਲਬ ਕਦੇ ਨਹੀਂ ਰੋਕਿਆ ਉਹਨਾਂ ਨੇ ਵੀ ਤੂੰ ਇਸ ਇੱਧਰ ਕਿਉਂ ਜਾ ਰਿਹਾ। ਅਗਰ ਮੈਨੂੰ ਫਸਟ ਵਾਰ ਕੋਈ ਬਾਹਰ ਲੈ ਕੇ ਗਿਆ ਨਾ ਬੰਦਾ ਜੀ, ਕੋਈ ਸ਼ਹਿਰ ਤੋਂ ਬਾਹਰ ਲੈ ਗਿਆ, ਮੇਰੇ ਫਾਦਰ ਸਾਹਿਬ, ਠੀਕ ਹੈ, ਮਤਲਬ ਉਹਨਾਂ ਨੇ ਕਦੇ ਨਹੀਂ ਨਾ ਪੈਸੇ ਵੱਲੋਂ ਰੋਕਿਆ, ਨਾ ਨਾ ਨਾ, ਜਿਹਨੇ
ਜੋ ਕਿ ਹੈਗੇ ਸੀ ਉਹਨਾਂ ਨੇ ਤੁਹਾਡੀ ਫੁੱਲ ਸਪੋਰਟ ਕੀਤੀ। ਮੈਂ ਜਦੋਂ ਮਾਡਲਿੰਗ ਕੀਤੀ ਸੀ 2013 ਦੇ ਅੰਦਰ ਜੀ, ਉਸ ਟਾਈਮ ਤੇ ਤੁਹਾਨੂੰ ਪਤਾ ਹੈ ਕਿ 500 ਰੁਪਏ ਬਹੁਤ ਵਿਲੀ ਹੁੰਦੀ ਸੀ 10 ਸਾਲ ਦੀ ਗੱਲ ਕਰੀਏ, 500 ਰੁਪਏ ਬਹੁਤ ਵਿਲੀ ਹੁੰਦੀ ਸੀ ਉਸ ਟਾਈਮ ਦੀ ਗੱਲ। ਹਾਂਜੀ। ਤੇ ਮਾਡਲਿੰਗ 'ਚ ਮੈਨੂੰ ਚਾਹੀਦੇ ਕੋਟ ਪੈਂਟ, ਯਾਨੀ 2 ਰਾਊਂਡ ਸੀ। ਠੀਕ ਹੈ। ਤੇ ਮੈਨੂੰ ਵੀ ਲੱਗਾ ਕਿ ਮੈਂ ਵੀ ਕੋਟ ਪੈਂਟ ਪਾਊਂਗਾ, ਮੈਨੂੰ ਸ਼ੌਂਕ ਆ ਗਿਆ। ਮੇਰੇ ਪਾਪਾ ਨੂੰ ਕਾਫੀ ਦਿਨ ਤੋਂ ਸਟਾਰ ਲੱਗਿਆ, ਡੈਡੀ ਮਾਡਲਿੰਗ ਕਰਨੀ ਹੈ। ਡੈਡੀ ਰੋਈ ਕਹਿੰਦੇ ਠੀਕ ਹੈ ਕੋਈ ਨਹੀਂ, ਕਿਉਂਕਿ ਉਹ ਸੋਚਦਾ ਸੀ ਯਾਰ ਇਹ ਵਿਚਾਰਾ ਕਿੱਥੇ ਕਿਹੜੇ ਕੰਮਾਂ 'ਚ ਪੈ ਗਿਆ, ਗਰੀਬ ਬੰਦੇ ਹੈਗੇ ਆ। ਬਿਲਕੁਲ। ਇਹ ਤਾਂ ਫੈਸ਼ਨ ਵਾਲੀ ਦੁਨੀਆ ਤਾਂ ਪੈਸਾ ਨਹੀਂ ਹੁੰਦੀ ਹੈ। ਬਿਲਕੁਲ। ਕੱਪੜੇ ਚਾਹੀਦੇ ਹੁੰਦੇ ਨੇ, ਆਉਣ ਜਾਣ ਟਰੈਵਲ ਵਾਸਤੇ ਪੈਸੇ ਚਾਹੀਦੇ ਨੇ। ਤੁਸੀਂ ਮੰਨੋਗੇ ਨਹੀਂ ਕਿ ਮੇਰੇ ਮਨ ਰੱਖਣ ਵਾਸਤੇ, ਦਿਲ ਰੱਖਣ ਵਾਸਤੇ ਇਹ ਸੋਚ ਕੇ ਕਿ ਮੈਂ ਬਚਪਨ 'ਚ ਮੈਨੂੰ ਜਿਹੜਾ ਪਿਆਰ ਨਹੀਂ ਮਿਲਿਆ, ਜਿਹੜੇ ਮੈਂ ਆਪਦੇ ਸ਼ੌਂਕ ਨਹੀਂ ਪੂਰੇ ਕਰ ਪਾਏ ਗਰੀਬੀ 'ਚ, ਉਹ ਮੇਰਾ ਬੇਟਾ ਸ਼ਾਦੀ ਕਰ ਲਏ। ਬਿਲਕੁਲ। ਜੇ ਇੱਕ ਬਾਪ ਨੂੰ ਇਹੀ ਹੁੰਦਾ ਕਿ ਮੈਂ ਜੇ ਜੋ ਮੈਂ ਨਹੀਂ ਕਰ ਪਾਇਆ ਉਹ ਮੇਰਾ ਬੇਟਾ ਜ਼ਰੂਰ ਕਰੇ। ਮੈਨੂੰ ਹਜੇ ਵੀ ਯਾਦ ਹੈ ਕਿ 500 ਰੁਪਏ ਮੈਨੂੰ ਦਿੱਤਾ ਸੀ ਸ਼ਨੀਦੇਵ ਮੰਦਿਰ ਫਾਜ਼ਿਲਕਾ ਦੇ ਇੱਕ ਸ਼ੋਰੂਮ ਹੈ ਜੀ, ਉਹ ਬਾਈ ਕੋਲ ਮੈਂ 500 ਰੁਪਏ ਦਾ ਕੋਟ ਪੈਂਟ ਕਿਰਾਏ 'ਤੇ ਲੈ ਕੇ ਆਇਆ ਸੀ, ਜੋ ਮੇਰੀ ਫਸਟ ਮਾਡਲਿੰਗ ਸੀ। ਠੀਕ ਹੈ। ਅਤੇ ਜਦੋਂ ਉਹ ਮੈਂ ਕੱਪੜੇ ਤਿਆਰ ਕਰਕੇ ਜਦੋਂ ਜਾ ਰਿਹਾ ਸੀ ਟ੍ਰੇਨ ਦੇ ਅੰਦਰ, ਤੁਸੀਂ ਉਹ ਹਾਸਾ ਵੀ ਸੁਣੋ ਕਿ ਉਹ ਮੇਰੇ ਟ੍ਰੇਨ ਦੇ ਅੰਦਰ ਉਹ ਕਿਤੇ ਕੀ ਸਾਰੇ ਸੀ 8-10 ਫਰੈਂਡ ਸਰਕਲ ਹੈਗੇ ਸੀ। ਹਾਂਜੀ। ਉਹ ਜਲਦੀ ਜਲਦੀ 'ਚ ਨਾ ਮਜ਼ਾਕ 'ਚ ਕਿ ਨਾ ਮੇਰਾ ਬੈਗ ਭੁੱਲ ਗਿਆ, ਮੈਂ ਆਪਦਾ ਬੈਗ ਹੀ ਭੁੱਲ ਗਿਆ ਟ੍ਰੇਨ 'ਚ ਭੁੱਲ ਮੈਨੂੰ ਲੱਗੇ ਸ਼ਾਇਦ ਮੇਰੇ ਕੋਈ ਫਰੈਂਡ ਸਰਕਲ ਨੇ ਚੱਕ ਲਿਆ ਤੇ, ਬਟ ਉਹ ਕੋਈ ਭੁੱਲ ਗਏ। ਜਦੋਂ ਉਹ ਟ੍ਰੇਨ ਚੱਲ ਪਈ ਉਹ ਚਲੀ ਗਈ, ਜਦੋਂ ਮੈਨੂੰ ਪਤਾ ਮੇਰਾ ਬੈਗ ਕਿੱਥੇ ਹੈ, ਉਹ ਜਦੋਂ ਇੱਕ ਦੂਜੇ ਮਨੇ ਮੂੰਹ ਨੇ ਵੇਖੇ ਤਾਂ ਕਿਤੇ ਬੈਗ ਸ਼ਾਇਦ ਹੁੰਦਾ ਉੱਧਰ ਰਹਿ ਗਿਆ। ਠੀਕ ਹੈ। ਮੈਂ ਰੋਣ ਲੱਗ ਗਿਆ ਉੱਥੇ ਜਾ ਕੇ, ਕਿਉਂਕਿ ਮੇਰੇ ਕੱਪੜੇ ਚੈਨ ਸਭ ਕੁਛ ਉਹਦੇ 'ਚ ਸੀ, ਕਿਉਂਕਿ ਆਪਾਂ ਹਾਂਜੀ ਹਾਂਜੀ ਹਾਂ ਉਹ ਸਾਰਾ ਕੁਝ ਚਲਾ ਗਿਆ ਮੇਰਾ। ਮੈਂ ਨਾ ਸਟੇ, ਕਿਉਂਕਿ ਸਾਰੇ ਆਪ ਆਪਣੇ ਬਿਜ਼ੀ ਸੀ, 2-4 ਆਉਂਦੇ ਮੈਨੂੰ ਹੌਸਲਾ ਵੀ ਦੇ ਜਾਣ, ਪਰ ਮੈਂ ਰੋ ਹੀ ਜਾਵਾਂ ਕਿਉਂਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਹੁਣ ਮੈਂ ਕਰਾਂ ਕਿਵੇਂ, ਕਿਉਂਕਿ ਕੋਈ ਕੱਪੜੇ ਵੀ ਨਹੀਂ ਉਸ ਟਾਈਮ ਦੇ ਸਕਦਾ, ਮੈਂ ਨਾ ਇੰਨੇ ਮੇਰੇ ਹੋਰ ਪੈਸੇ ਫਿਰ ਉਹ ਵਾਪਸ ਵੀ ਦੇਣੇ ਕਿਰਾਏ 'ਤੇ। ਹਾਂ ਕਿਰਾਏ 'ਤੇ ਦੇਣੇ। ਅਤੇ ਤੁਸੀਂ ਮੰਨੋਗੇ ਨਹੀਂ ਕਿ ਜਿਹੜੇ ਹੋਰ ਬੰਦੇ ਆ ਨਾ, ਕਹਿੰਦੇ ਨਾ ਉਹ ਕਦੇ ਹਾਰਨ ਨਹੀਂ ਦਿੰਦੇ ਜੇ ਚੰਗੇ ਦੋਸਤ ਮਿਲ ਜਾਣ, ਉਹ ਕਹਿੰਦਾ ਤੂੰ ਪਰਵਾਹ ਨਾ ਕਰ, ਮਾਡਲਿੰਗ ਤੇਰੇ ਅੰਦਰ ਹੈ, ਤੇਰੇ ਕੱਪੜਿਆਂ ਨਹੀਂ ਦੇਣ ਲੋਕਾਂ ਨੂੰ, ਤੈਨੂੰ ਵੇਖਣਾ। ਬਿਲਕੁਲ। ਤੂੰ ਸਟੇਜ 'ਤੇ ਚੜ ਗਿਆ ਨਾ, ਲੋਕ ਵੈਸੇ ਖੜੇ ਹੋ ਜਾਣਗੇ। ਬਿਲਕੁਲ ਬਿਲਕੁਲ। ਤੇ 2-4 ਬੰਦਿਆਂ ਨੇ ਆਪ ਆਪਦੇ ਕਿਸੇ ਨੂੰ ਪੈਂਟ ਦਿੱਤੀ, ਕਿਸੇ ਨੇ ਸ਼ਰਟ ਦਿੱਤੀ, ਕਿਸੇ ਨੇ ਬੂਟ ਦਿੱਤਾ, ਕਿਸੇ ਨੇ ਟਾਈ ਦਿੱਤੀ, ਕਹਿੰਦਾ ਤੂੰ ਮਾਡਲਿੰਗ ਕਰ। ਠੀਕ ਹੈ। ਤੇ ਉਹਨਾਂ ਨੇ ਮੈਨੂੰ ਮਾਡਲਿੰਗ ਕਰਾ ਦਿੱਤੀ। ਗੱਲ ਹੀ ਬਹੁਤ ਹੁੰਦੀ ਹੈ ਜਦੋਂ ਕੋਈ ਹੌਸਲਾ ਦਿੰਦਾ ਨਾ, ਬਹੁਤ ਵਹੀ ਬੰਦਾ ਕਹਿੰਦਾ ਵੀ ਚੱਲ ਮੈਂ। ਤੇ ਮੇਰਾ ਜਨੂੰਨ ਉਸ ਤੋਂ ਬਾਅਦ ਜਾਗ ਗਿਆ, ਤੇ ਜਦੋਂ ਜਿਵੇਂ ਭਾਜੀ ਮੈਂ ਸਟੇਜ 'ਤੇ ਆਇਆ, ਮੈਨੂੰ ਤਾਂ ਕੁਛ ਦਿਖਿਆ ਨਹੀਂ, ਲਾਈਟਾਂ ਲੱਗੀਆਂ ਸੀ, ਮੈਨੂੰ ਨਾ ਇੱਕ ਨਾ ਸਮਝ ਨਹੀਂ ਆ ਮੈਂ ਕਿੱਥੇ ਜਾਵਾਂ ਜੀ। ਤੁਸੀਂ ਇਹ ਸਮੇਂ ਮੈਂ ਜਦੋਂ ਸਟੇਜ ਦੇ ਅੰਦਰ ਆਇਆ ਨਾ ਫਸਟ ਟਾਈਮ, ਮੈਨੂੰ ਇਹ ਨਹੀਂ ਪਤਾ ਜਾਣਾ ਕਿਹੜੇ ਪਾਸੇ ਹੈ ਜੀ। ਤੇ ਜਿਵੇਂ ਥੋੜ੍ਹਾ ਜਿਹਾ ਮੈਂ ਚੱਲਿਆ, ਪੂਰੀ ਔਡੀਅੰਸ ਖੜੀ ਹੋ ਗਈ, ਜੱਜਿਸ ਖੜੇ ਹੋ ਗਏ। ਠੀਕ ਹੈ। ਤੇ ਉਹਨਾਂ ਨੇ ਮੈਨੂੰ ਗੱਲ ਲਾ ਕੇ ਜਦੋਂ ਸੀਨੇ ਨਾਲ ਤਾਲੀਆਂ ਮਾਰੀਆਂ ਨਾ, ਉਹ ਮੇਰੇ ਲਈ ਨਾ ਫਸਟ ਟਾਈਮ ਇੰਨਾ ਐਂ ਲੱਗ ਲਓ ਕਿ ਮੈਂ ਸੁਪਰ ਸਟਾਰ ਬਣ ਗਿਆ ਜੀ, ਅੱਖਾਂ ਜਾਸੂ, ਕਿਉਂਕਿ ਜਿਹੜੇ ਬੰਦੇ ਕੋਈ ਮੈਨੂੰ ਬੁਲਾਉਂਦਾ ਹੀ ਨਹੀਂ ਸੀ। ਬਿਲਕੁਲ। ਕਹਿੰਦੇ ਸਿੰਪਲ ਬੋਆਏ। ਹਾਂਜੀ। ਲੋਕਾਂ ਨੂੰ ਦਿਲ ਤੇ ਲਾ ਕੇ ਕੋਈ ਜੱਫੀਆਂ ਪਾ ਪਾ ਕੇ ਮੈਨੂੰ ਮਿਲ ਕੇ, ਕੋਈ ਮੈਨੂੰ ਹੱਥ ਤੱਕ ਨਹੀਂ ਬੁਲਾਉਂਦਾ ਸੀ, ਉਹਨਾਂ ਤੋਂ ਮੈਨੂੰ ਚੱਕ ਲਿਆ, ਹੱਥਾਂ 'ਚ ਚੱਕ ਲਿਆ। ਇੱਕ ਮੈਂ ਤੁਸੀਂ ਬਾਜ਼ਾਰ 'ਚ ਨਿਕਲਦੇ ਹੋ। ਹਾਂਜੀ ਹਾਂਜੀ। ਮੈਂ ਤੁਹਾਡਾ ਸਟਾਈਲ ਕਾਫੀ ਵਧੀਆ ਦੇਖਿਆ, ਤੁਸੀਂ ਸਟਾਈਲ 'ਚ ਨਿਕਲਦੇ ਹੋ। ਇੱਕ ਮੈਂ ਤੁਹਾਡੀ ਬਾਈਕ ਵੀ ਦੇਖੀ ਹੈ। ਹਾਂਜੀ ਹਾਂਜੀ। ਕਾਫੀ ਸਟਾਈਲਿਸ਼ ਬਾਈਕ ਹੈ। ਹਾਂਜੀ ਹਾਂਜੀ, ਥੈਂਕ ਯੂ। ਮੈਨੂੰ ਲੱਗਦਾ ਵੀ ਜਦੋਂ ਤੁਸੀਂ ਬਾਜ਼ਾਰ 'ਚ ਜਾਂਦੇ ਹੋਣੇ ਕੋਈ ਵਿਰਲਾ ਹੀ ਬੰਦਾ ਹੋਣਾ ਵੀ ਜਿਹੜਾ ਮੁੜ ਕੇ ਨਹੀਂ ਵੇਖਦਾ। ਬਿਲਕੁਲ ਜੀ। ਬਹੁਤ ਲੋਕ ਵੇਖਦੇ ਉਹਨੂੰ, ਇੰਨਾ ਕੁ ਵੇਖਦੇ ਕਿ ਕੁਛ ਤਾਂ ਵਿਚਾਰੇ ਜਿਹੜੇ ਆਪਣੇ ਪਿੰਡ ਦੇ ਲੋਕ ਹੁੰਦੇ ਆ, ਉਹ ਕਹਿੰਦੇ ਤਾਂ ਚਾਜ ਹੈ ਚਾਜ, ਤਾਂ ਚਾਜ ਲਈ ਫਿਰਦਾ ਹੀ ਹੋਇਆ ਆ ਵੇਖੋ ਚਾਜ। ਠੀਕ ਹੈ। ਤੇ ਬੜੀ ਖੁਸ਼ੀ ਹੁੰਦੀ ਹੈ ਮਤਲਬ। ਇਹ ਸਟਾਈਲ ਦੀ ਜੇ ਗੱਲ ਕਰੀਏ, ਇਹ ਵਾਲਾ ਸ਼ੌਂਕ ਕਿਵੇਂ ਪਿਆ, ਇਹ ਵਾਲਾ ਸਟਾਈਲ ਕਿਵੇਂ ਆਇਆ ਤੇਰੇ ਦਿਮਾਗ 'ਚ? ਦੇਖੋ ਹਰ ਬੰਦੇ ਦੀ ਇੱਛਾ ਹੁੰਦੀ ਹੈ, ਤੁਹਾਡੀ ਹੋਏਗੀ, ਹਰ ਕਿਸੇ ਦੀ ਹੁੰਦੀ, ਲਕਸਰੀ ਲਾਈਫ ਜੀਣ ਦੀ। ਮੈਂ ਤੁਹਾਨੂੰ ਦੱਸਿਆ ਨਾ ਸਟਾਰਟਿੰਗ ਤੋਂ ਮੇਰੇ ਖਾਬ ਥੋੜ੍ਹੇ ਉੱਚੇ ਜਿਹੇ ਹੈਗੇ ਨੇ, ਅਤੇ ਜਦੋਂ ਮੈਂ ਕਿਹਾ ਬਈ ਮੈਂ ਲੋਕਾਂ ਕੋਲ ਬਹੁਤ ਲਿਫਟਾਂ ਲਿੱਤੀਆਂ ਨੇ, ਮੈਂ ਉਹਨਾਂ ਨੂੰ ਥੈਂਕ ਯੂ ਕਹਿਵਾਂ ਜਿਹਨਾਂ ਨੂੰ ਬੁਰੇ ਟਾਈਮ 'ਤੇ ਮੇਰੇ ਸਾਥ ਦਿੱਤਾ। ਮੈਂ ਜਦੋਂ ਰੋਡ 'ਤੇ ਹੁੰਦਾ ਸੀ, ਬਾਈ ਜੀ ਆਹ ਘਰ ਤੱਕ ਛੱਡ ਦਿਓ, ਹੈਲੋ ਵੀਰੇ ਆ ਯਾਰ ਪਲੀਜ਼ ਆ ਥੱਕ ਗਿਆ ਘਰੇ ਛੱਡ ਦੇਗਾ, ਵੀਰੇ ਰੁਕੀ ਯਾਰ ਵੀਰੇ ਰੁਕੀ, ਕੋਈ ਰੋਕਦਾ ਸੀ ਕੋਈ ਨਹੀਂ ਰੋਕਦਾ ਸੀ, ਉਹ ਦਿਨ ਮੈਂ ਬਿਲਕੁਲ ਨਹੀਂ ਭੁੱਲ ਸਕਦਾ। ਮੈਂ ਅੱਜ ਕੈਮਰੇ ਦੇ ਅੱਗੇ ਕਹਿ ਰਿਹਾ ਜੇ ਅੱਜ ਆਹ ਗੱਲ ਛੁਪਾ ਤੀ ਤੇ ਮੈਂ ਆਰਟਿਸਟ ਕਿਸੇ ਗੱਲ ਦਾ ਨਹੀਂ ਹੈਗਾ ਬਿਲਕੁਲ ਵੀ।
ਮੈਨੂੰ ਉਹ ਦਿਨ ਬਿਲਕੁਲ ਨਹੀਂ ਭੁੱਲ ਸਕਦਾ। ਮੈਂ ਲੋਕਾਂ ਨੂੰ ਰੋਕ ਰੋਕ ਕੇ ਵੀਰੇ ਮੈਨੂੰ ਲਿਫਟ ਦੇ ਦੇ, ਮੈਂ ਥੱਕ ਗਿਆ। ਠੀਕ ਹੈ। ਅਤੇ ਬਸ ਉਸ ਤੋਂ ਬਾਅਦ ਮੈਂ ਬਾਬੇ ਦੇ ਘਰੇ ਆ ਕੇ ਕੀ ਅਰਦਾਸ ਕਰਦਾ ਜੀ, ਬਾਬਾ ਮੈਂ ਤੈਨੂੰ ਨਹੀਂ ਵੇਖਿਆ, ਪਤਾ ਨਹੀਂ ਤੂੰ ਕਿੱਥੇ ਹੈ, ਪਤਾ ਰੱਬ ਵੇਖਿਆ ਨਹੀਂ, ਪਰ ਸੁਣਿਆ ਕਿ ਤੂੰ ਅੰਦਰ ਹੀ ਹੈ। ਜੇ ਤੂੰ ਅੰਦਰ ਹੈਗਾ ਨਾ, ਮੈਂ ਤੇਰੇ ਨਾਲ ਗੱਲ ਕਰਦਾ, ਅਤੇ ਮੇਰੀ ਇੱਕ ਵਿਸ਼ ਹੋਰ ਪੂਰੀ, ਤੂੰ ਸਾਰਾ ਸਾਹ ਦਿੱਤਾ ਨਾ, ਠੀਕ ਹੈ, ਅਤੇ ਤੂੰ ਇੱਕ ਵਾਰੀ ਹੋਰ ਕਰ ਦੇ, ਮੈਨੂੰ ਪਤਾ ਮੈਂ ਤੁਸੀਂ ਮੈਨੂੰ ਪੋਜ਼ਿਟਿਵ ਰੱਖਦੇ ਹਮੇਸ਼ਾ, ਅਤੇ ਆਹ ਵਿਸ਼ ਪੂਰੀ ਕਰ ਦੇ। ਉਹ ਕਰਦੇ ਕਰਦੇ ਸਾਲ ਬੀਤੇ, 2-3-4 ਸਾਲ, ਜਦੋਂ ਸੋਸ਼ਲ ਮੀਡੀਆ ਦਾ ਮੈਂ ਸਾਥ ਫੜਿਆ, ਓਕੇ, ਤੁਹਾਨੂੰ ਕਹਿੰਦਾ ਮੈਨੂੰ ਬਿਜ਼ਨਸ ਵੀ ਕਰਨਾ ਆਉਂਦਾ ਹੈ, ਹਾਂਜੀ, ਅਤੇ ਮੈਂ ਸਿਰਫ 3700 ਦੇ ਫੋਨ ਦੇ ਨਾਲ ਕਮ ਸੇ ਕਮ 2-4 ਲੱਖ ਰੁਪਏ ਕਮਾਇਆ। ਠੀਕ ਹੈ ਬਈ, ਆਪਾਂ ਫਿਰ ਤੋਂ ਇੰਡਸਟਰੀ ਵਾਲੇ ਪਾਸੇ ਜਾਂਦੇ ਹਾਂ। ਹਾਂਜੀ ਹਾਂਜੀ, ਸੀ ਇੰਡਸਟਰੀ 'ਚ ਮੈਨੂੰ ਲੱਗਦਾ ਕਾਫੀ ਲੋਕਾਂ ਨੂੰ ਮਿਲੇ, ਦਲਜੀਤ ਭਾਈ, ਦਲਜੀਤ ਭਾਅ ਜੀ ਨਾਲ ਵੀ ਮੈਂ ਤੁਹਾਡੀ ਫੋਟੋਆਂ ਦੇਖੀਆਂ, ਹਨੀ ਭਾਅ ਜੀ ਨਾਲ ਵੀ, ਸ਼ਾਇਦ ਨਹੀਂ ਹੋਰ ਵੀ 1-2 ਆਰਟਿਸਟ ਨਾਲ ਤੁਹਾਡੀਆਂ ਫੋਟੋਆਂ। ਹਾਂਜੀ ਹਾਂਜੀ, ਨਿੰਜਾ ਭਾਅ ਜੀ ਨੂੰ ਮਿਲਿਆ, ਨਿੰਜਾ ਭਾਅ ਜੀ ਨੂੰ ਮਿਲਿਆ ਤੁਸੀਂ, ਅਤੇ ਉਹਨਾਂ ਨੇ ਤੁਹਾਨੂੰ ਹੌਸਲਾ ਅਫਜਾਈ ਦਿੱਤੀ। ਇੱਕ ਹੁੰਦੀ ਸਿਰਫ ਹੌਸਲਾ ਅਫਜਾਈ ਦੇਣੀ, ਉਹਨਾਂ ਨੇ ਕੋਈ ਤੁਹਾਨੂੰ ਪਲੇਟਫਾਰਮ ਨਹੀਂ ਦਿੱਤਾ, ਉਹਨਾਂ ਨੇ ਤੁਹਾਡਾ ਸਾਥ ਜਾਂ ਕਹਿ ਲਓ ਵੀ ਬਾਂਹ ਨਹੀਂ ਫੜੀ ਕਿਸੇ ਨੇ। ਦੇਖੋ, ਮੈਂ ਤੁਹਾਨੂੰ ਇੱਕ ਇੰਡਸਟਰੀ ਦੀ ਗੱਲ ਕੀਤੀ ਸੀ, ਚਾਹੇ ਆਪਣੀ ਪੰਜਾਬੀ ਇੰਡਸਟਰੀ ਦੀ ਗੱਲ ਹੋਵੇ, ਕਿਸੇ ਵੀ ਇੰਡਸਟਰੀ ਚਲੇ ਜਾਓ ਜੀ, ਮੈਂ ਉਸ ਤੁਹਾਨੂੰ ਇੱਕ ਚੀਜ਼ ਸਿੱਖੀ ਹੈ ਕਿ ਜੇ ਮੈਂ ਖੁਦ ਨਾ ਬਣਾਂਗਾ ਨਾ, ਜੇ ਮੈਂ ਖੁਦ ਨਾ ਬਣਾਂਗਾ, ਕੋਈ ਸਾਥ ਨਹੀਂ ਦਿੰਦਾ। ਜਿਹੜੀ ਮੈਥੋਂ ਐਕਸਪੀਰੀਅੰਸ ਲਿੱਤਾ ਮੈਂ ਜੀ, ਜਦੋਂ ਮੈਂ ਕਿੱਸਾ ਦੱਸਿਆ ਦਲਜੀਤ ਭਾਅ ਜੀ ਮੈਂ ਕਿੱਦਾਂ ਮਿਲਿਆ ਸੀ, ਸਾਰਿਆਂ ਨੇ ਵੀਡੀਓ ਵੇਖੀ ਹੈ, ਬਹੁਤ ਵੱਡਾ ਹਾਲ ਸੀ, ਉੱਥੇ ਸਾਰੇ ਆ ਗਏ, ਚੈਨਲ ਵਾਲਾ ਬੰਦਾ ਆਇਆ, ਕਿਹਾ ਬਈ ਆਪ ਕੌਣ ਹੋ, ਕਿਆ ਹੋ, ਮੈਂ ਕਿਹਾ ਬਾਈਕ ਕਿਸ ਨੂੰ ਭੇਜਿਆ ਮੇਰੇ ਕੋਲ, ਇਸ ਬਾਤ ਹੈ, ਕਰਾ ਠੀਕ ਆ ਆਪ ਅੰਦਰ ਬੈਠ ਜਾਓ। ਜਦੋਂ ਸ਼ੂਟ ਹੋਣਾ ਸਾਰਿਆਂ ਨੇ ਬਿਠਾਤਾ ਚੇਅਰ ਦੇ ਵਾਜੇ, ਮੈਡਮ ਆਈ ਕਿ ਕਿਆ ਪਿੱਛੇ ਚਲੇ ਜਾਓ, ਉਹਨੇ ਪਹਿਲਾਂ ਮੈਨੂੰ ਵੇਖ ਕੇ ਪਿੱਛੇ ਕਰਤਾ, ਠੀਕ ਹੈ, ਹੈਂਡੀਕੇਪ ਹੈ ਵੀ ਤਾਂ ਕਿ ਫਰੇਮ ਸਹੀ ਆਵੇ, ਠੀਕ ਹੈ, ਮੈਨੂੰ ਥੋੜ੍ਹਾ ਬੁਰਾ ਬੁਰਾ ਲੱਗਿਆ ਯਾਰ, ਫਰੇਮ ਦੇ ਪਿੱਛੇ ਮੈਨੂੰ ਪਿੱਛੇ ਕਰਤਾ, ਠੀਕ ਹੈ, ਅਤੇ ਤੁਸੀਂ ਮੰਨੋ ਕਿ ਨਹੀਂ, ਮੈਂ ਫਿਰ ਤੁਹਾਨੂੰ ਪੰਜਾਬੀ ਬੰਦੇ ਕਦੇ ਹਟਦੇ ਨਹੀਂ ਹੁੰਦੇ ਪਿੱਛੇ, ਮੈਂ ਖਿਸਕਦਾ ਕਰਦਾ ਕਰਦਾ ਅੱਗੇ ਅੱਗੇ ਨੂੰ ਮੈਂ ਨਾ ਚੁੱਪ ਕਰਕੇ ਅੱਗੇ ਜਾ ਕੇ ਬਹਿ ਗਿਆ ਕਰਕੇ, ਅਤੇ ਆਪ ਵੀ ਸਾਕੀ ਮੈਂ ਪਿੱਛੇ ਨੂੰ ਕਰ ਲਈ, ਠੀਕ ਹੈ, ਮੈਂ ਕਹਿਤਾ ਮੈਂ ਦਲਜੀਤ, ਪਤਾ ਬਾਅਦ 'ਚ ਪਤਾ ਲੱਗਿਆ ਦਲਜੀਤ ਭਾਅ ਜੀ ਆ ਰਹੇ ਨੇ, ਠੀਕ ਹੈ, ਜੇ ਮੈਨੂੰ ਲੱਗਾ ਦਲਜੀਤ ਭਾਅ ਜੀ, ਉਦੋਂ ਮੈਂ ਅੱਗੇ ਆਉਣ ਦੀ ਕੋਸ਼ਿਸ਼ ਕੀਤੀ, ਠੀਕ ਹੈ, ਮੈਂ ਪਹਿਲਾਂ ਪਿੱਛੇ ਸੀ, ਠੀਕ ਹੈ, ਜਦੋਂ ਦਲਜੀਤ ਭਾਅ ਜੀ ਆ ਰਹੇ, ਕਰਦਾ ਕਰਦਾ ਮੈਂ ਅੱਗੇ ਨੂੰ ਆ ਗਿਆ, ਮੈਂ ਕਹਿੰਦਾ ਮੈਂ ਭਾਅ ਜੀ ਨੂੰ ਮਿਲ ਲੂੰਗਾ, ਜਿਵੇਂ ਆ ਰਹੇ ਜੱਫੀ ਪਾ ਲੂੰਗਾ ਮੈਂ ਭਾਅ ਜੀ ਨੂੰ, ਠੀਕ ਹੈ। ਜਦੋਂ ਸ਼ੂਟ ਸਟਾਰਟ ਹੋਇਆ, ਆਏ ਬੈਠੇ ਸਾਰੇ, ਅਤੇ ਉਹ ਵੇਖਿਆ ਫਸਟ ਟਾਈਮ ਮੈਂ ਸੋਨਾਕਸ਼ੀ ਮੈਮ ਬੈਠੇ ਹੋਏ ਸੀ, ਲਾਰਾ ਦੱਤਾ ਮੈਮ ਬੈਠੇ ਹੋਏ ਸੀ, ਥੋੜ੍ਹੀ ਦੂਰੀ 'ਤੇ ਦਲਜੀਤ ਭਾਅ ਜੀ ਬੈਠੇ ਹੋਏ ਸੀ, ਅਤੇ ਉਹ ਆਏ, ਉਹਨਾਂ ਦਾ ਮਤਲਬ ਵੈਲਕਮ ਵੈਲਕਮ ਕੀਤਾ, ਸ਼ੂਟ ਸਟਾਰਟ ਹੋ ਗਿਆ, ਅਤੇ ਸਾਰਿਆਂ ਨੇ ਇੱਕ ਇੱਕ ਕੱਸ ਕੇ ਕੁਐਸਚਨ ਕਰ ਰਹੇ ਸੀ ਸਾਰੇ, ਇੱਕ ਇੱਕ ਪਰਸਨ ਜੀ ਜੀ, ਅਤੇ ਜਦੋਂ ਮੈਨੂੰ ਵੇਖਦਾ ਸੀ ਥੋੜ੍ਹੀ ਨਰਵਸ ਹੋਣ ਲੱਗਿਆ, ਮੈਂ ਕਿਹਾ ਮੈਂ ਕਿਵੇਂ ਮਤਲਬ ਕੀ ਪੁੱਛਾਂ ਮੈਂ, ਕੀ ਨਾ ਪੁੱਛਾਂ ਮੈਂ ਜੀ, ਸਿੱਧੇ ਮਤਲਬ ਤੁਹਾਨੂੰ ਪਤਾ ਆਪਣੇ ਪੰਜਾਬੀ ਸਿੱਧੀ ਜਿਹੀ ਗੱਲਾਂ ਹੀ ਕਰਦੇ ਹੈ ਨਾ, ਸਿੱਧੀ ਗੱਲਾਂ ਕਰਦੇ ਨੇ, ਅਤੇ ਮੈਂ ਕਿਹਾ ਚਲੋ ਠੀਕ ਹੈ। ਜਦੋਂ ਮੇਰੀ ਵਾਰੀ ਆਈ, ਅਤੇ ਮੈਨੂੰ ਅੰਦਰੋਂ ਇਹਨਾਂ ਪਤਾ ਨਹੀਂ ਮਨ ਜਿਹਾ ਹੋਗਾ ਵੀ ਇਹਨਾਂ ਹੋਲ ਵੀ ਇਹਨਾਂ ਖੁੱਲ੍ਹ ਕੇ ਗੱਲ ਕਰ ਲਓ, ਰੋ ਪਿਆ ਹੈ ਨਾ, ਮਨ ਜਾ ਜਾਵੇ, ਬੰਦਾ ਡੁੱਬਿਆ ਹੁੰਦਾ ਹੈ, ਮਨ ਫੁੱਟ ਕੇ ਰੋ ਪੈਂਦਾ ਹੈ, ਹਾਂਜੀ, ਅੰਦਰੋਂ ਇਹਨਾਂ ਹਲਕਾ ਹਲਕਾ ਮੋਟੀ ਜਿਹੀ ਆਵਾਜ਼ ਆਉਣ ਲੱਗੀ, ਪਤਾ ਲੱਗ ਗਿਆ ਕਿ ਬੰਦਾ ਅੰਦਰੋਂ ਰੋਣ ਜਿਹਾ ਲੱਗ ਗਿਆ। ਭਾਅ ਜੀ ਨੇ ਦੱਸਿਆ ਵੀ ਮੈਂ ਤੁਹਾਨੂੰ ਵੇਖਿਆ ਸੀ, ਇੱਕ ਦੋ ਵਾਰੀ ਸ਼ੂਟ 'ਚ ਆਏ ਸੀ ਆਪਣੇ ਇੱਧਰ ਪੰਜਾਬ 'ਚ, ਉਦੋਂ ਨਹੀਂ ਮਿਲ ਪਾਇਆ ਤੁਹਾਨੂੰ ਪਤਾ ਮੈਂ ਕਿਤੇ, ਅਤੇ ਭਾਅ ਜੀ ਨੇ ਮੈਂ ਸਾਰਾ ਦੱਸਿਆ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ, ਉਦੋਂ ਮਿਲ ਨਹੀਂ ਪਾਇਆ, ਜਦੋਂ ਮੈਨੂੰ ਤਾਂ ਲੱਗਿਆ ਮੈਂ ਤੁਹਾਡੇ ਹੁਣ ਮਿਲਣ ਆਇਆ ਸਪੈਸ਼ਲ ਤੁਹਾਡੇ ਨਾਲ, ਯੇ ਵੋ, ਅਤੇ ਉਹ ਚੀਜ਼ਾਂ ਕੀਤੀਆਂ, ਅਤੇ ਭਾਅ ਜੀ ਨੇ ਜਿਵੇਂ ਮੈਨੂੰ ਦੇਖਿਆ ਨਾ ਵੀ ਲੱਤ 'ਚ ਪ੍ਰੋਬਲਮ ਦੱਸਿਆ, ਭਾਈ ਸਾਹਮਣੇ ਤੋਂ ਖੜ੍ਹੇ ਹੋ ਕੇ ਸਪੈਸ਼ਲ, ਠੀਕ ਹੈ, ਸ਼ੋਰ ਦੇ ਵਿੱਚੋਂ ਮੈਨੂੰ ਆਇਆ, ਤਾਂ ਮੈਨੂੰ ਇੱਥੋਂ ਮੱਥੇ 'ਤੇ ਚੁੰਮਿਆ, ਅਤੇ ਮੈਨੂੰ ਗੱਲ ਲਾ ਲਿਆ, ਠੀਕ ਹੈ, ਮੈਂ ਕਹਿੰਦਾ ਉਹ ਮੇਰੇ ਲਈ ਬਹੁਤ ਵੱਡਾ ਮੂਮੈਂਟ ਹੈਗਾ ਸੀ, ਸੀਰੀਅਸਲੀ, ਠੀਕ, ਕਿਉਂਕਿ ਤੁਹਾਨੂੰ ਪਤਾ ਲੈਜੈਂਡ ਨੇ ਇਸ ਟਾਈਮ ਆਪਣੇ ਦਲਜੀਤ ਭਾਅ ਜੀ, ਬਿਲਕੁਲ ਸਟਾਰ ਨੇ, ਇਹ ਤਾਂ ਚਲੋ ਹੋ ਗਈ ਔਨ ਕੈਮਰਾ ਜਿਹੜਾ ਤੁਹਾਡੇ ਨਾਲ, ਉਹਨਾਂ ਨੇ ਬਾਅਦ 'ਚ ਕੋਈ ਉਹਨਾਂ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਹੋਵੇ ਜਾਂ ਤੁਸੀਂ ਕੀਤਾ ਹੋਵੇ? ਜਦੋਂ ਭਾਅ ਜੀ ਜਾ ਰਹੇ ਸੀ ਨਾ, ਤੁਹਾਨੂੰ ਪਤਾ ਨਾ ਮੈਂ, ਮੈਨੂੰ ਆਪਦੇ ਪੰਜਾਬੀ ਜਿਹੜੇ ਹੁੰਦੇ ਆ ਆਪਦੇ ਹੀ ਬੰਦੇ ਸਮਝ ਲੈਂਦੇ ਆ ਜੀ, ਉਹਨਾਂ ਨੇ ਲੱਗਦਾ ਸਟਾਰ ਸਟੋਰ ਹੈਗੇ, ਅਤੇ ਭਾਅ ਜੀ ਜਾ ਰਹੇ ਸੀ, ਮੈਂ ਪਿੱਛੋਂ ਆਖਣਾ ਭਾਅ ਜੀ ਰੁਕਿਆ ਜੀ, ਠੀਕ, ਕਹਿੰਦਾ ਹਾਂਜੀ ਹਾਂਜੀ ਦੱਸੋ, ਮੈਂ ਭਾਅ ਜੀ ਕੋਈ ਕੰਮ ਕੁੰਮ ਵੀ ਦੱਸ ਦਿਓ ਛੋਟਾ ਮੋਟਾ। ਦੇਖੋ ਜਿਹੜੀ ਗੱਲ ਹੈਗੀ, ਮੈਨੂੰ ਜਿੱਦਾਂ ਮੇਰੇ ਮੂੰਹ 'ਚ ਆਇਆ, ਜਿੱਦਾਂ ਮੇਰੀ ਸੋਚ ਸੀ ਮੈਂ ਕਹਿਤਾ, ਬਿਲਕੁਲ, ਅਤੇ ਭਾਅ ਜੀ ਨਾਲ ਇੱਕ ਪ੍ਰਤਾਪ ਭਾਅ ਜੀ ਰਹਿੰਦੇ ਕਿ ਇਹਨਾਂ ਨਾਲ ਗੱਲ ਕਰੋ, ਠੀਕ ਹੈ, ਇਹਨਾਂ ਨਾਲ ਮਿਲ ਲਓ ਤੁਸੀਂ, ਇੰਨਾ ਹੀ ਕਿਹਾ ਉਹਨਾਂ ਨੇ, ਹੋਰ ਜ਼ਿਆਦਾ ਗੱਲ ਨਹੀਂ ਕੀਤੀ।
ਉਹ ਬਿਜ਼ੀ ਹੋ ਗਏ, ਉਹ ਚਲੇ ਗਏ। ਉਸ ਤੋਂ ਬਾਅਦ ਫਿਰ ਮੈਨੂੰ ਉਹਨੂੰ ਮਿਲਿਆ ਉੱਥੇ, ਕੀ ਕਹਿੰਦੇ ਨੇ ਆਪਣੇ ਫਿਲਮ ਸਿਟੀ ਦੇ ਅੰਦਰ। ਠੀਕ ਹੈ। ਕਹਿੰਦਾ ਆਓ ਜੀ ਓਹੋ ਹੋ, ਕਹਿੰਦਾ ਹੋ ਤੁਸੀਂ ਠੀਕ ਹੋ? ਜਿਵੇਂ ਮੈਨੂੰ ਭਾਅ ਜੀ ਨੂੰ ਵੇਖਿਆ, ਕਿਉਂਕਿ ਉਹਨਾਂ ਜਿਹੜਾ ਬੁਲਾਉਣ ਦਾ ਸਟਾਈਲ ਹੈ ਨਾ, ਮੈਂ ਸ਼ਾਇਦ ਹੀ ਕਿਸੇ ਸਟਾਰ ਦੇ ਅੰਦਰ ਵੇਖਿਆ। ਠੀਕ ਹੈ। ਜਿਵੇਂ ਕੋਈ ਮੈਂ ਕੋਈ ਬਹੁਤ ਵੱਡਾ ਉਹਨਾਂ ਪੁਰਾਣਾ ਲੰਗੋਟੀਆ ਯਾਰ ਜਾਂ ਕੋਈ ਦੋਸਤ ਹੋਵਾਂ, ਜਿਵੇਂ ਭਾਅ ਜੀ ਮੈਨੂੰ ਵੇਖਿਆ, ਆਓ ਜੀ ਬੈਠੋ, ਮੈਨੂੰ ਚੇਅਰ ਦਿੱਤੀ ਉਹਨਾਂ ਬੈਨਰ ਦੀ ਅੱਗਰ, ਜਿਹੜੇ ਉਹਨਾਂ ਬਾਊਂਸਰ ਹੈਗੇ ਸੀ ਹੋਰ, ਉਹਨੂੰ ਕਿਹਾ ਵੀ ਲਓ ਇਹਨੂੰ ਚਾਹ ਪਾਣੀ ਪਿਆਓ। ਆਹ ਗੱਲ ਕਹਿੰਦੇ ਨਾਲ ਹੀ ਮੇਰਾ ਤਾਂ ਅੱਖਾਂ ਦਾ ਗਈ, ਮੈਂ ਕਿਹੜੀ ਕੋਈ ਬਹੁਤ ਵੱਡੀ ਕੋਈ ਤੋਪ ਹੈਗਾ, ਪਾਜ ਦਾ ਤਾਂ ਨਿਕਲ ਕੇ ਆਇਆ, ਚਾਹੁੰਦੇ ਤਾਂ ਮੈਨੂੰ ਕੋਈ ਬਾਊਂਸਰ ਭਜਾ ਵੀ ਦਿੰਦਾ, ਚਲੋ ਨਿਕਲ। ਵੀਰੇ ਆਪਾਂ ਦਲਜੀਤ ਭਾਈ ਦੀ ਵੈਸੇ ਵੀ ਆਪਾਂ ਨੂੰ ਸੁਣਦੇ ਰਹਿੰਦੇ ਹਾਂ, ਬਹੁਤ ਵਧੀਆ ਨੇ। ਹਾਂਜੀ ਹਾਂਜੀ, ਉਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ। ਹਾਂਜੀ ਹਾਂਜੀ। ਤੇ ਇੰਡਸਟਰੀ 'ਚ ਇੱਦਾਂ ਦੇ ਵੀ ਲੋਕ ਹੁੰਦੇ ਆ ਜਿਹੜੇ ਡੀਮੋਟੀਵੇਟ ਕਰਦੇ ਆ? ਬਹੁਤ ਜੀ। ਉਹ ਇੱਦਾਂ ਦੇ ਲੋਕ ਵੀ ਮਿਲੇ ਤੁਹਾਨੂੰ? ਮੈਂ ਕਹਿੰਦਾ ਤੁਸੀਂ ਹੈਰਾਨ ਹੋ ਜਾਓਗੇ, ਉਹਨਾਂ ਨੂੰ ਆਹ ਗੱਲ ਦਾ ਫਰਕ ਹੀ ਨਹੀਂ ਪੈਂਦਾ ਮੈਂ ਹੈਂਡੀਕੈਪ ਆ ਜਾਂ ਹੈ ਨਹੀਂ ਕੁਛ ਵੀ ਆ ਜੀ। ਉਹ ਤਾਂ ਇੰਨੇ ਕਿ ਇਨਸਾਨੀਅਤ ਨਹੀਂ ਹੈਗੀ ਉਹਨਾਂ ਦੇ ਅੰਦਰ, ਉਹ ਤਾਂ ਦੇਖ ਲੈਣਗੇ ਨਾ ਬੰਦਾ ਥੋੜ੍ਹਾ ਜਿਹਾ ਭੋਲਾ ਹੈਗਾ, ਉਹ ਤਾਂ ਲੁੱਟਣ ਦੀ ਕਰਦੇ ਨੇ, ਇਹ ਤਾਂ ਭੁੱਲ ਹੀ ਜਾਂਦੇ ਨੇ ਕਿ ਹੈਂਡੀਕੈਪ ਹੈਗਾ। ਡੀਮੋਟੀਵੇਟ ਕਰਨਗੇ ਤੁਹਾਨੂੰ, ਹੋਰ ਜ਼ਿਆਦਾ ਕਹਿੰਦੇ ਨਾ ਉਲਟ ਰਸਤੇ 'ਤੇ ਲੈ ਕੇ ਜਾਣਗੇ। ਠੀਕ ਹੈ। ਭਟਕਾਣਗੇ ਤੁਹਾਨੂੰ ਰਸਤਾ, ਸਟਾਰਾਂ ਦੀ ਗੱਲ ਵੀ ਕਰ ਸਕਦੇ ਉਹਨਾਂ 'ਚ ਆਪਾਂ? ਨਹੀਂ ਨਹੀਂ, ਵੱਡੇ ਸਟਾਰਾਂ ਦੀ ਤਾਂ ਐਸੇ ਦੇਖੋ ਮੈਨੂੰ ਚੰਗਾ ਨਹੀਂ ਲੱਗਦਾ, ਬਟ ਇਹ ਸੀ ਕਿ ਜਦੋਂ ਮੈਨੂੰ ਫਾਜ਼ਿਲਕਾ 'ਚ ਰਹਿੰਦਾ ਸੀ, ਮੈਨੂੰ ਲੱਗਦਾ ਵੀ ਜਿਵੇਂ ਫਿਲਮਾਂ 'ਚ ਵੇਖਦਾ ਨਾ, ਸ਼ਾਇਦ ਰੀਅਲ 'ਚ ਵੀ ਉਵੇਂ ਸਟਾਰ ਹੋਣ, ਪਰ ਇੱਦਾਂ ਕੁਛ ਨਹੀਂ ਹੁੰਦਾ, ਉਹ ਵੀ ਆਪਣੇ ਤਰ੍ਹਾਂ ਇਨਸਾਨ ਨੇ, ਇਹ ਰੀਅਲ 'ਚ ਵੇਖਣ ਨੇ ਜੀ, ਉਹ ਵੀ ਚਿੜਦੇ ਨੇ, ਉਹਨਾਂ ਨੂੰ ਵੀ ਨਾਮ ਤੋਂ ਐਲਰਜੀ ਹੁੰਦੀ ਹੈ, ਚਿੜ ਜਾਂਦੇ ਨੇ। ਠੀਕ ਹੈ, ਆਪ ਵੇਖਿਆ? ਠੀਕ ਹੈ, ਮਤਲਬ ਇੱਦਾਂ ਦੇ ਵੀ ਕਾਫੀ ਲੋਕ ਮਿਲੇ ਜਿਨ੍ਹਾਂ ਨੇ ਲੱਤਾਂ ਖਿੱਚੀਆਂ, ਉਹ ਕਹਿੰਦਾ ਚਲਾ ਜਾ ਘਰ ਪੇ ਭਾਈ, ਕਿਆ ਇਹ ਆ, ਕੁਛ ਨਹੀਂ ਹੋਗਾ ਤੇਰਾ, ਕੁਛ ਨਹੀਂ ਕਰ ਸਕਦਾ, ਇਹ ਉਹ, ਬਹੁਤ ਮਿਲੇ ਨੇ, ਬਹੁਤ ਮਿਲਦੇ ਨੇ। ਤੇ ਮੈਂ ਉਹਨਾਂ ਦੇ ਵਿੱਚ ਗੱਲ ਸੁਣ ਲੈਂਦਾ ਜੀ, ਭਾਈ ਤੂੰ ਯਹਾਂ ਨਹੀਂ ਟਿਕ ਪਾਏਗਾ, ਇਹ ਇੰਡਸਟਰੀ ਹੈ ਭਾਈ, ਇਹ ਤੇਰੇ ਬਸ ਕੀ ਬਾਤ ਨਹੀਂ ਹੈ, ਤੂੰ ਨਹੀਂ ਕਰ ਪਾਏਗਾ ਭਾਈ, ਚਲਾ ਜਾ ਘਰ ਪੇ, ਕਿਆ ਕਰ ਰਹਾ ਯਾਰ, ਘਰ ਪੇ ਜਾ ਭਾਈ। ਜਿਵੇਂ ਆਪਾਂ ਸੁਣਦੇ ਹਾਂ ਨਾ ਵੀ ਇੰਡਸਟਰੀ ਬੜਾ ਵੱਡਾ ਖੂਹ ਹੈ, ਮੇਰੇ ਨਾਮ ਤੋਂ ਚਿੜਦੇ ਸੀ ਜਿਵੇਂ, ਅੱਛਾ ਸਭ ਤੋਂ ਜਦੋਂ ਮੈਂ ਖੁਸ਼ ਰਹਿੰਦਾ ਨਾ, ਜੇ ਮੇਰਾ ਕੋਈ ਰੂਮਮੇਟ ਪੀਜੀ 'ਚ ਰਹਿੰਦੇ ਸੀ, ਉਹ ਚਿੜ ਜਾਂਦੇ ਸੀ। ਅੱਛਾ, ਵੀ ਆਹ ਬੰਦਾ ਸਾਰੇ ਕੰਮ ਕਰ ਆਉਂਦਾ, ਘੁੰਮ ਫਿਰ ਵੀ ਆਉਂਦਾ, ਸ਼ੂਟ ਵੀ ਕਰ ਆਉਂਦਾ, ਕਿਸੇ ਨੂੰ ਮੀਟਿੰਗ ਵੀ ਕਰ ਆਉਂਦਾ, ਇਹ ਫਿਰ ਵੀ ਖੁਸ਼ ਰਹਿੰਦਾ। ਠੀਕ ਹੈ, 10-15 ਰੁਪਏ 'ਚ ਗੁਜ਼ਾਰੇ ਵੀ ਕਰ ਲੈਂਦੇ ਨੇ ਜਿਹੜੇ, ਮਤਲਬ ਤੁਹਾਡੇ ਨਾਲ ਕਹਿ ਲਓ ਦੋਸਤ, ਕੋਈ ਪੀਜੀ ਵਗੈਰਾ ਜਾਂ ਕੋਈ ਵੀ ਹੋਰ ਅੰਦਰ ਬੰਦੇ, ਉਹ ਚਿੜ ਜਾਂਦੇ ਸੀ ਮੇਰੇ ਤੋਂ। ਠੀਕ ਹੈ, ਆਹ ਬੜੀ ਪ੍ਰੋਬਲਮ ਰਹੀ ਹਮੇਸ਼ਾ, ਪਤਾ ਨਹੀਂ ਕਿਉਂ ਮੇਰੇ ਤੋਂ ਚਿੜਦੇ ਨੇ ਲੋਕ। ਠੀਕ ਹੈ ਵੀਰੇ, ਜਦੋਂ ਇੱਦਾਂ ਦੇ ਲੋਕ ਮਿਲਦੇ ਆ ਡੀਮੋਟਿਵ ਕਰਨ ਵਾਲੇ, ਡਾਇਰੈਕਟਰ ਮਿਲ ਗਿਆ ਜਾਂ ਕੋਈ ਵੀ ਸਟਾਰ ਤੁਹਾਨੂੰ ਮਿਲ ਗਿਆ ਜਿਨ੍ਹਾਂ ਨੇ ਤੁਹਾਨੂੰ ਡੀਮੋਟਿਵ, ਹਾਂਜੀ ਹਾਂਜੀ, ਉਦੋਂ ਮਤਲਬ ਤੁਹਾਡੀ ਫੀਲਿੰਗ ਕਿੱਦਾਂ ਦੀ ਹੁੰਦੀ ਸੀ? ਕਦੇ ਮਨ 'ਚ ਇੱਦਾਂ ਨਹੀਂ ਆਇਆ ਯਾਰ ਮੈਂ ਕਿਹੜਾ ਪੰਗਾ ਲੈ ਲਿਆ, ਮੈਂ ਛੱਡ ਜਾ ਚੱਲ ਜਾ ਵਾਪਸ? ਕਿ ਜੇ ਡਾਇਰੈਕਟਰ ਹੁੰਦਾ ਨਾ ਕੋਈ ਵੀ ਹੀਰੋ ਜਾਂ ਮਾਡਲ ਹੁੰਦਾ, ਉਹਦੀ ਪ੍ਰੋਪਰ ਪਰਸਨੈਲਿਟੀ ਵੇਖਦਾ ਹੈ। ਮੇਰੀ ਪ੍ਰੋਪਰ ਪਰਸਨੈਲਿਟੀ ਨਹੀਂ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਰਿਐਲਿਟੀ ਇੱਕ, ਬਟ ਇਹ ਕਿ ਲੋਕਾਂ ਦਾ ਪਿਆਰ ਮਿਲਦਾ ਹੈ ਤੇ ਮੈਂ ਚੀਜ਼ ਕਰਦਾ ਰਿਹਾ, ਇਹ ਵੀ ਇਸ ਚੀਜ਼ ਤੋਂ ਮੈਂ ਵੀ ਅਣਜਾਣ ਨਹੀਂ ਹੈਗਾ, ਮੈਂ ਵੀ, ਮੈਨੂੰ ਚੀਜ਼ ਦਾ ਪਤਾ ਹੈ ਕਿ ਮੈਂ ਕਿੰਨੇ ਕੁ ਪਾਣੀ 'ਚ ਕਿੰਨਾ ਕਰ ਸਕਦਾ। ਤੋ ਜਦੋਂ ਵੇਖਦੇ ਸੀ ਨਾ ਕਿ ਕਿੱਥੋਂ ਹੀਰੋ ਬਣਨ ਆ ਗਿਆ, ਤਾਂ ਚੰਗੇ ਚੰਗੇ ਬੋਡੀ ਬਿਲਡਰ, ਹੈਂਡਸਮ, ਬਹੁਤ ਜ਼ਿਆਦਾ ਡੋਲ ਫਿੱਟ ਵਾਲੇ ਬੰਦੇ, ਉਹਨਾਂ ਨੂੰ ਕੰਮ ਨਹੀਂ ਮਿਲਦਾ, ਇਹ ਇੰਡਸਟਰੀ ਘੁੰਮੀ ਫਿਰਦਾ ਕੰਮ ਦੇ ਬਾਰੇ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਪੋਜ਼ਿਟਿਵਿਟੀ ਹੈ ਨਾ, ਉਹ ਤਾਂ ਚੰਗੇ ਚੰਗੇ ਪੱਥਰਾਂ ਨੂੰ ਪਾੜ ਦਿੰਦੀ ਹੈ ਤੁਹਾਡੇ 'ਚ, ਕਹਿ ਲਓ ਐਨਰਜੀ ਹੈ, ਪੋਜ਼ਿਟਿਵਿਟੀ। ਹਾਂਜੀ ਹਾਂਜੀ, ਪੋਜ਼ਿਟਿਵਿਟੀ ਬੰਦੇ ਨੂੰ ਅੱਗੇ ਲੈ ਕੇ ਜਾਂਦੀ। ਬਿਲਕੁਲ ਜੀ, ਪੋਜ਼ਿਟਿਵਿਟੀ ਦੇਖੋ ਤੁਹਾਨੂੰ ਕਦੇ ਹਾਰ ਨਹੀਂ ਦੇਗੀ। ਬਿਲਕੁਲ, ਡੋਲ ਜਾਓਗੇ, ਮੈਂ ਵੀ, ਮੇਰੇ 'ਤੇ ਬਹੁਤ ਵਿੱਚ ਮੈਂ ਡੋਲਿਆ ਹੋਇਆ, ਕਹਿੰਦਾ ਨਾ ਇਨਸਾਨ ਆ, ਗਲਤੀ ਨਹੀਂ ਕਿਹੜਾ ਕੋਈ ਬਹੁਤ ਵੱਡੀ ਸ਼ਕਤੀ ਹੈਗੀ ਮੇਰੇ ਅੰਦਰ। ਹਾਂ ਇਹ ਹੈਗੇ ਕਿ ਜਦੋਂ ਤੁਸੀਂ ਹਾਰਦੇ ਹੋ, ਟੁੱਟਦੇ ਹੋ ਜਾਂ ਤੁਹਾਡੇ ਕੋਲ ਤੋਂ ਗਲਤ ਕੰਮ ਹੋ ਜਾਂਦੇ ਆ, ਜੇ ਤੁਸੀਂ ਉਹਨੂੰ ਸਿੱਖ ਲਿਆ ਨਾ, ਬਿਲਕੁਲ ਤੁਸੀਂ ਡਬਲ ਮਜ਼ਬੂਤ ਹੋ ਕੇ ਆਓਗੇ, ਔਰ ਤੁਹਾਡਾ ਜ਼ਿਆਦਾ ਕੋਈ ਪਰਸਨ ਨਹੀਂ ਹੋਏਗਾ। ਬਿਲਕੁਲ, ਕਹਿੰਦੇ ਨੇ ਵੀ ਗਲਤੀਆਂ ਇਨਸਾਨ ਆਪਾਂ ਗਲਤੀਆਂ ਹੋ ਜਾਂਦੀਆਂ। ਹਾਂਜੀ ਹਾਂਜੀ ਹਾਂਜੀ, ਪਰ ਜੇ ਗਲਤੀ ਤੋਂ ਸਿੱਖ ਕੇ ਅੱਗੇ ਵਧੀਏ ਤਾਂ ਉਹ ਚੰਗੀ ਗੱਲ। ਮੇਰੇ ਅੰਦਰ ਇੱਕ ਹੋਰ ਪੁਆਇੰਟ ਹੈਗਾ ਜੀ, ਜੇ ਮਾਈਨਸ ਦਿੱਤਾ ਸੀ ਹੁਣ ਤੋਂ ਪੋਜ਼ਿਟਿਵ ਪੁਆਇੰਟ, ਕਿ ਮੈਂ ਕਦੇ ਨਾ ਚਿੱਦੂ ਨਾ ਨਹੀਂ ਕਰਦਾ, ਮੈਂ ਉਹ ਮੰਨ ਲੈਂਦਾ।
ਜੇ ਕਹਿੰਦੇ ਤੂੰ ਗਲਤ ਹੈ ਤਾਂ ਮੈਂ ਕਿਹਾ ਹਾਂ ਮੇਰੇ ਤੋਂ ਗਲਤੀ ਹੋ ਗਈ। ਜੇ ਕਿਸੇ ਨੇ ਕਮੀ ਦੱਸੀ ਹੈ ਵੀ ਤੂੰ ਇੱਥੇ ਥੋੜ੍ਹਾ ਮੈਂ ਮੰਨ ਲਾਂਗਾ, ਮੇਰੇ ਅੰਦਰ ਈਗੋ ਚੀਜ਼ਾਂ ਨਹੀਂ ਗਿਆ, ਮੈਂ ਉਹ ਚੀਜ਼ 'ਤੇ ਵਰਕ ਕਰਨਾ ਸਟਾਰਟ ਕਰ ਦੇਣਾ। ਠੀਕ, ਕਿਉਂਕਿ ਜਿਹੜਾ ਬੰਦੇ ਗਲਤੀਆਂ 'ਤੇ ਕੰਮ ਕਰਨਾ ਸਟਾਰਟ ਕਰ ਦਿੰਦਾ ਮੰਜ਼ਿਲ ਪੱਕੀ ਹੁੰਦੀ। ਬਿਲਕੁਲ, ਅਤੇ ਤੁਹਾਡਾ ਮੇਰੇ ਸਾਲ 10-12 ਸਾਲ ਦਾ ਸਫ਼ਰ ਇਸ ਲਾਈਨ 'ਚ, ਹਾਂਜੀ ਹਾਂਜੀ, ਕਦੇ ਇੱਦਾਂ ਦਾ ਟਾਈਮ ਆਇਆ ਹੋਵੇ, ਕਦੇ ਇੱਦਾਂ ਦਾ ਮਤਲਬ ਕੋਈ ਦਿਨ, ਇੱਕ ਦਿਨ ਇੱਦਾਂ ਦਾ ਆਇਆ ਵੀ ਤੁਸੀਂ ਬਿਲਕੁਲ ਹੀ ਹਾਰ ਗਏ, ਹਾਰ ਕੇ ਬਹਿ ਗਏ, ਤੁਸੀਂ ਕਹਿਤਾ ਵੀ ਮੈਂ ਛੱਡ ਹੀ ਦੇਣਾ ਸਾਰਾ ਕੁਛ, ਕਦੇ ਇੱਦਾਂ ਦਾ ਹੋਇਆ? 2019 ਜਿਹੜਾ ਮੇਰੀ ਲਾਈਫ ਦਾ ਸੀ ਨਾ, ਉਹ ਇਹੋ ਜਿਹਾ ਮੋਡ ਸੀ ਕਿ ਮੇਰੀ ਲਾਈਫ 'ਚ ਸੋਚਿਆ ਨਹੀਂ ਸੀ, ਲੋਕਾਂ ਦਾ ਪਿਆਰ ਮਿਲਦਾ ਰਿਹਾ, ਮੈਂ ਪੋਜ਼ਿਟਿਵ ਰਹਿੰਦਾ, ਹੱਸਦਾ ਖੇਡਦਾ, 10 ਰੁਪਏ ਨੇ 20 ਨੇ ਉਹਨੇ 'ਚ ਗੁਜ਼ਾਰਾ ਕਰ ਲੈਣਾ, ਖੁਸ਼ੀ ਰਹਿੰਦੀ ਨਾ ਕਿ ਪੈਸਾ ਨਾਲ ਕੋਈ ਨਾ ਖੁਸ਼ੀ ਆਉਂਦੀ ਹੈ। ਜਦੋਂ ਮੇਰੀ ਸ਼ਾਦੀ ਹੋ ਗਈ ਸੀ 2019 'ਚ, ਮੈਂ ਮੈਰਿਡ ਹਾਂ, ਮੇਰੇ ਇੱਕ ਬੇਟਾ ਹੈ 5 ਸਾਲ ਦਾ। ਠੀਕ ਹੈ, 2019 'ਚ ਮੇਰੀ ਮੈਰਿਜ ਹੋਈ, ਹਾਂਜੀ ਠੀਕ ਹੈ, 2019 'ਚ ਮੇਰੀ ਮੈਰਿਜ ਹੋਈ ਔਰ 2019 'ਚ ਮੇਰੀ ਜ਼ਿੰਦਗੀ ਤੂਫਾਨ ਆਇਆ। ਉਹ ਇਹ ਤੂਫਾਨ ਆਇਆ, ਤੁਸੀਂ ਬਹੁਤ ਬੰਦਿਆਂ ਦੀ ਲਾਈਫ ਦੇ ਬਾਰੇ ਸਟੋਰੀ ਸੁਣੀ, ਇੱਦਾਂ ਹੋ ਗਿਆ ਉਹਦੇ ਨਾਲ, ਤੁਸੀਂ ਮੇਰੀ ਲਾਈਫ ਸੁਣੋਗੇ ਤਾਂ ਨਾ ਮੈਨੂੰ ਯਕੀਨ ਹੈ ਕਿ ਤੁਸੀਂ 2 ਮਿੰਟ ਸੋਚੋਗੇ ਵੀ ਬੰਦੇ ਨਾਲ ਕੀ ਹੋਇਆ। ਜੀ, ਮੇਰੀ ਜ਼ਿੰਦਗੀ 'ਚ ਜਦੋਂ 2019 'ਚ ਸ਼ਾਦੀ ਹੋਈ ਨਾ, ਤਾਂ ਉਦੋਂ ਮੈਂ ਇੰਨਾ ਖੁਸ਼ ਸੀ ਕਿ ਮੈਨੂੰ ਲੱਗਦਾ ਲੱਭਾ ਮੇਰੇ, ਮਤਲਬ 5 ਉਂਗਲੀ ਹੁੰਦੀਆਂ ਨਾ ਮੇਰੇ, 10 ਉਂਗਲੀ ਕੀ 'ਚ ਸੀ, ਦੇਸੀ ਘਿਓ 'ਚ। ਜੀ ਜੀ, ਲੋਕਾਂ ਨੇ 5 ਹੁੰਦੀਆਂ ਮੇਰੇ, 10 ਹੋ ਗਿਆ ਸੀ, ਪਰ ਉਹ ਨਾ ਬਸ ਉਹ ਖੁਸ਼ੀ 'ਤੇ ਗ੍ਰੇਨ ਲੱਗ ਗਿਆ ਉਸ ਤੋਂ 2019 'ਚ। ਠੀਕ ਹੈ, ਜਦੋਂ ਮੇਰੀ ਵਾਈਫ ਦੀ ਸ਼ਾਦੀ ਹੋਈ, ਉਹਨਾਂ ਨੇ ਮੈਨੂੰ ਸੋਸ਼ਲ ਮੀਡੀਆ 'ਤੇ ਵੇਖਿਆ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੇਰੇ 'ਚ ਕੀ ਵੇਖਿਆ ਮੇਰੇ 'ਚ। ਠੀਕ ਹੈ, ਘਰ ਮੇਰਾ ਨੋਰਮਲ ਜਿਹਾ ਹੈ, ਮੇਰੇ ਫਾਦਰ ਮੇਰੇ ਮੋਚੀ ਨੇ, ਇੰਨਾ ਬੂਟ ਪਾਲਿਸ਼ ਕਰਦੇ ਵੀ ਤੁਸੀਂ ਮੈਨੂੰ ਕੀ ਪਸੰਦ ਕੀਤਾ ਮੇਰੇ ਅੰਦਰ, ਸਿਰਫ ਡਾਂਸ ਕਰਦਾ ਤਾਂ। ਜੀ, ਕਹਿੰਦੇ ਨੇ ਚਲੋ ਜਦੋਂ ਮੋਹ ਪੈ ਜਾਂਦਾ ਬੰਦੇ ਨਾਲ, ਉਹ ਚੀਜ਼ਾਂ ਭੁੱਲ ਹੀ ਜਾਂਦਾ, ਬਸ ਉਹਨਾਂ ਮੋਹ ਪੈ ਗਿਆ, ਸ਼ਾਦੀ ਹੋ ਗਈ, ਪਤਾ ਨਹੀਂ ਲੋਕਾਂ ਨੇ ਭੜਕਾਤਾ ਕਿ ਕਿਸੇ ਨੇ ਕੀ ਕਹਿਤਾ, ਉਹ ਨਾ ਬਸ ਮੇਰੇ ਤੋਂ ਥੋੜ੍ਹੇ ਨਾ ਉਹ ਹੋਣ ਲੱਗ ਗਏ, ਰੁੱਖੇ ਰੁੱਖੇ ਹੋਣ ਲੱਗ ਗਏ। ਅੱਛਾ, ਮਤਲਬ ਪਹਿਲਾਂ ਸਾਰਾ ਕੁਝ ਸਹੀ ਸੀ, ਉਹਨਾਂ ਨੇ ਆਪ ਪਹਿਲਾਂ ਸਹੀ ਸੀ, ਹਾਂ ਪਹਿਲਾਂ ਸਹੀ ਸੀ, ਉਹਨਾਂ ਨੇ ਆਪ ਹੀ ਪਸੰਦ ਕੀਤਾ? ਹਾਂ, ਮੈਨੂੰ ਆਪ ਹੀ ਪਸੰਦ ਕੀਤਾ ਸੀ, ਉਹਨਾਂ ਦੇ ਘਰੇ ਮੈਨੂੰ ਬੁਲਾਇਆ, ਉਹਨੇ ਸਿਸਟਰ ਮੈਨੂੰ ਵੇਖਿਆ, ਪ੍ਰੋਪਰ ਵੇਖਿਆ। ਠੀਕ, ਮੈਂ ਕਿਹਾ ਜੀ ਮੈਨੂੰ ਵੇਖ ਲਓ ਪਹਿਲਾਂ ਹੀ, ਉਹਨਾਂ ਘਰੇ ਮੇਰੀ ਰੋਟੀ ਪਾਣੀ ਕੀਤੀ, ਉਹਨਾਂ ਨੇ ਮੈਂ ਰਾਤ ਰਹਿ ਕੇ ਆਏ ਸੀ, ਉਹਨਾਂ ਦੀ ਫੈਮਿਲੀ ਘਰੇ ਸਾਰਿਆਂ ਨੂੰ ਵੇਖਿਆ, ਉਹਨਾਂ ਜੀਜਾ ਜੀ ਆ ਗਏ, ਉਹਨਾਂ ਸਿਸਟਰ ਆ ਗਏ, ਉਹਨਾਂ ਸਾਰਿਆਂ ਨੂੰ ਵੇਖਿਆ, ਅਤੇ ਆਪ ਜੀ ਵੀ ਉਹ ਮੇਰੇ ਨਾਲ ਬੈਠੇ ਰਹੇ, ਉਹਨਾਂ ਮੈਨੂੰ ਗੱਲਾਂ ਬਾਤਾਂ ਕੀਤੀਆਂ, ਮੈਨੂੰ ਦੱਸਿਆ ਵੀ ਮੈਂ ਆਹ ਕਰਦਾ, ਆਹ ਮੇਰਾ ਰੁਜ਼ਗਾਰ ਹੈ, ਅਤੇ ਮੈਂ ਆਪਦੀ ਸੋਸ਼ਲ ਮੀਡੀਆ ਨਾਲ 2 ਪੈਸੇ ਕਮਾਉਣਾ, ਜਿਹੜੇ ਬਾਬਾ ਜੀ ਨੇ ਕਿਤੇ ਕੀਤਾ ਸੈੱਟ ਹੈ, ਅਤੇ ਆਪਾਂ ਫਿਰ ਦੋਨੇ ਹੀ ਲੋਕ ਆਪਾਂ ਨੂੰ ਦੇਣਗੇ ਆਸ਼ੀਰਵਾਦ। ਅਤੇ ਉਸ ਤੋਂ ਬਾਅਦ ਇੱਦਾਂ ਦਾ ਕੀ ਕਾਰਨ ਹੋਇਆ? ਬਸ ਜੇ ਮੈਂ ਹੁਣ ਮੈਨੂੰ ਇੱਕ ਆਦਤ, ਮੈਂ ਸ਼ਾਇਦ ਨਹੀਂ ਕਹਿਣਾ ਚਾਹਾਂਗਾ, ਜੇ ਮੈਂ ਕਹਾਂਗਾ ਉਹਨਾਂ ਨੂੰ ਬੁਰਾ, ਤਾਂ ਮੈਨੂੰ ਸ਼ਾਇਦ ਹਰਟ ਹੋਏਗਾ, ਹੁਣ ਮੈਨੂੰ ਨਹੀਂ ਕਹਿਣਾ ਚਾਹੀਦਾ। ਜੀ, ਬਾਕੀ ਇਹ ਕਿ ਠੀਕ ਨਹੀਂ ਕੀਤਾ, ਬਸ ਇਹ ਹੀ ਕਹਾਂਗਾ ਕਿ ਸ਼ਾਇਦ ਮੇਰੀ ਕਿਸਮਤ ਮਾੜੀ ਸੀ, ਜੇ ਮੈਂ ਕਹਿੰਦਾ ਬੰਦਾ ਮਾੜਾ ਤਾਂ ਮੈਨੂੰ ਨਹੀਂ ਕਹਿਣਾ ਚਾਹੀਦਾ, ਕਿਉਂਕਿ ਮੈਂ ਪਿਆਰ ਕੀਤਾ ਸੀ ਤਾਂ ਹੀ ਮੈਂ ਸ਼ਾਇਦ ਉਹ ਪਿਆਰ ਨੂੰ ਬਦਨਾਮ ਨਾ ਕਰਾਂ, ਬਸ ਇਹ ਹੀ ਕਹਾਂਗਾ ਮੇਰੀ ਕਿਸਮਤ ਮਾੜੀ ਸੀ। ਬਾਕੀ ਇਹ ਕਿ ਅੱਜ ਦੀ ਕੁੜੀਆਂ ਨੇ 'ਚ ਨਾ ਚੀਜ਼ ਬਹੁਤ ਹੋ ਗਈ ਹੈ, ਧੋਖਾਧੜੀ ਬਹੁਤ ਹੋ ਰਹੀ ਹੈ, ਕਿਉਂਕਿ ਕਿਸੇ ਸਿੱਧੇ ਬੰਦੇ ਨਾਲ ਕਿਸੇ ਦਾ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਬਿਲਕੁਲ, ਜ਼ਿਆਦਾ ਕਿਸੇ ਦਾ ਰੱਤ ਨਾ ਫੜੋ, ਤੁਸੀਂ ਤਾਂ ਸਾਰਾ ਸੱਚ ਹੀ ਦੱਸਿਆ ਸੀ ਨਾ? ਮੈਂ ਤਾਂ ਸਾਰੀ ਕਹਾਣੀ ਸੱਚ ਦੱਸਦੀ ਸੀ। ਹਾਂ, ਜਾਂ ਤਾਂ ਤੁਸੀਂ ਝੂਠ ਬੋਲੇ ਹੁੰਦਾ। ਬਿਲਕੁਲ ਬਿਲਕੁਲ, ਔਰ ਫਿਰ ਦੂਜੀ ਗੱਲ, ਜੇ ਤੁਸੀਂ ਕਹਿੰਦੇ ਹੋ ਜੇ ਉਹਨਾਂ ਤੋਂ ਕੋਈ ਮੈਂ ਨਹੀਂ ਦੱਸ ਪਾਇਆ ਜਾਂ ਕੋਈ ਰਹਿ ਗਿਆ, ਪਰ ਪਿਆਰ ਦੇ ਵਿੱਚ ਆ ਚੀਜ਼ ਨਹੀਂ ਹੁੰਦੀ, ਜੇ ਤੁਹਾਡਾ ਪਿਆਰ ਹੈ ਨਾ ਤਾਂ ਤੁਹਾਨੂੰ ਵੀ ਛੱਡ ਨਹੀਂ ਸਕਦਾ। ਠੀਕ ਹੈ, ਦੁਨੀਆ ਦੀ ਕਿਹੜੀ ਤਾਕਤ ਤੁਹਾਨੂੰ ਕਹਿ ਦੇ ਵੀ ਤੁਹਾਡਾ ਬੰਦਾ ਹੈਂਡੀਕੈਪ ਹੈ, ਇਹਨੂੰ ਛੱਡ ਦੇ, ਕਿੱਥੇ ਆ ਗਏ ਤੂੰ, ਇਹਨਾਂ ਦੇ ਘਰੇ ਆ ਗਏ ਤਾਂ ਗਰੀਬ ਹੈਗੇ ਨੇ, ਜੇ ਤੁਹਾਡਾ ਸੱਚੀ ਲਗਨ ਹੈਗੀ ਨਾ ਤੇ ਤੁਸੀਂ ਉਹ ਬੰਦੇ ਨੂੰ ਛੱਡ ਨਹੀਂ ਸਕਦੇ। ਬਿਲਕੁਲ, ਜੇ ਲਾਈਏ ਤਾਂ ਤੋੜ ਨਿਭਾਉਣੀ, ਤੋੜ ਨਿਭਾਉਣੀ ਚਾਹੀਦੀ, ਪਰ ਉਹਨਾਂ ਨਾਲ ਚੀਜ਼ ਨਾ ਸੋਚੋ, ਉਹ ਨੈਗੇਟਿਵਿਟੀ ਸੀ ਨਾ, ਆ ਮੈਂ ਜ਼ਰੂਰ ਕਹੂੰਗਾ ਉਹ ਬੰਦਾ ਨੈਗੇਟਿਵਿਟੀ। ਕਈ ਵਾਰੀ ਕੀ ਹੁੰਦਾ ਕਿ ਆਪਣੇ 'ਚ ਨਹੀਂ, ਲੋਕ ਨੈਗੇਟਿਵਿਟੀ ਭਰ ਦਿੰਦੇ ਆ ਨਾ ਆਸ ਪਾਸ, ਉਹਨਾਂ ਨੂੰ ਮੈਨੂੰ ਕੋਲ ਆਈਆਂ ਬਾਅਦ 'ਚ, ਮੇਰੀ ਗੱਲ ਹਜੇ ਵੀ ਹੁੰਦੀ ਹੈ ਥੋੜ੍ਹੀ ਜਿਹੀ, ਪਰ ਉਹਨਾਂ ਦੱਸਤਾ ਕਿ ਕਈ ਬੰਦਿਆਂ ਨੇ ਭੜਕਾਤਾ ਮੈਨੂੰ, ਮੈਂ ਨਾਮ ਨਹੀਂ ਲਊਂਗਾ, ਮਤਲਬ ਠੀਕ ਹੈ ਸਮਝ ਗਏ ਨਾ, ਉਹਨਾਂ ਨੂੰ ਆਪਦੀ ਕੋਈ ਗਲੀ ਮੁਹੱਲੇ ਵਾਲੇ ਬੰਦਿਆਂ ਨੇ ਉਹਨੂੰ ਭੜਕਾਤਾ ਸੀ। ਠੀਕ ਹੈ, ਉਹਨਾਂ ਦੱਸਦਾ ਸੀ ਮੈਨੂੰ। ਅਤੇ ਜੇ ਆਪਾਂ ਗੱਲ ਕਰੀਏ ਅੱਜ ਦੀ ਜਾਂ ਆਉਣ ਵਾਲੇ ਫਿਊਚਰ ਦੀ, ਹਾਂਜੀ ਹਾਂਜੀ, ਫਿਊਚਰ ਪਲੈਨਿੰਗ ਕੀ ਨੇ?
ਜੀ ਹੁਣ ਮੈਂ ਹੋਰ ਜ਼ਿਆਦਾ ਮਜ਼ਬੂਤ ਹੋ ਗਿਆ ਨਾ, ਤਾਂ ਕਹਿੰਦਾ ਨਾ ਬਈ ਹੁਣ ਜੇ ਲੋਹੇ ਨੂੰ ਜੰਗ ਲੱਗ ਜਾਏ ਲੋਹਾ ਨਹੀਂ ਰਹਿੰਦਾ, ਉਦੋਂ ਬਾਈਕ ਆ ਗਈ ਸੀ ਤਾਂ ਮੈਂ ਥੋੜ੍ਹਾ ਛੱਡਤਾ ਸੀ ਆ ਕੰਮ, ਸਾਰੇ ਛੱਡਤਾ ਸੀ ਜੀ। ਹੁਣ ਮੇਰਾ ਇੱਕ ਹੀ ਟਾਰਗੇਟ ਹੈ ਕਿ ਮੇਰੇ ਸੁਪਨੇ ਜਿਹੜੇ ਮੈਂ ਦੇਖੇ ਸੀ ਫਰਦੂਲ, ਜਿਹੜੇ ਮੈਂ ਜਨੂੰਨ ਰਹਿੰਦਾ, ਹੁਣ ਉਸ ਲੋਕਾਂ ਸਾਹਮਣੇ ਲੈ ਕੇ ਆਉਣੇ ਨੇ। ਠੀਕ ਹੈ, ਐਜ਼ ਆ ਹੀਰੋ ਐਕਟਰ, ਸਾਰੇ ਐਕਟਰ ਆ ਗਏ, ਹੁਣ ਟਾਈਗਰ ਰਹਿ ਗਿਆ, ਟਾਈਗਰ ਹੈਂਡਸਮ। ਬਿਲਕੁਲ ਟਾਈਗਰ ਹੈਂਡਸਮ। ਬਿਲਕੁਲ ਜੀ, ਤੁਹਾਡੇ ਜਜ਼ਬੇ ਨੂੰ ਸਲਾਮ ਹੈ। ਹਾਂਜੀ, ਤੁਸੀਂ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਨਹੀਂ ਹਾਰਦੇ, ਤੁਹਾਡੇ 'ਚ ਸਗੋਂ ਦੁੱਗਣੀ ਹਿੰਮਤ ਆਉਂਦੀ ਹੈ ਹਾਰ ਤੋਂ ਬਾਅਦ। ਮੈਂ ਇੱਕ ਹੋਰ ਇੱਕ ਚੀਜ਼ ਕਹਿਣਾ ਚਾਹੂੰਗਾ ਆਪਦੇ ਵੱਲੋਂ ਜੀ, ਵੀ ਜਿਹੜੇ ਬੰਦਿਆਂ ਨੇ ਕਈਆਂ ਨੇ ਮੇਰੇ ਨਾਲ ਰਹੇ ਨੇ, ਕਹਿੰਦੇ ਫੇਲੀਅਰਸ ਹਾਂਜੀ ਨਾਲ ਰਹੇ ਨੇ, ਉਹ ਨਾ ਮਤਲਬ ਦਿਮਾਗ ਦੀ ਪਾਤੀ ਮੈਨੂੰ ਖਾਂਦੇ ਰਹੇ ਨੇ ਅੰਦਰੋਂ ਅੰਦਰੋਂ। ਠੀਕ ਹੈ, ਬਈ ਜਦੋਂ ਮੈਂ ਕੁਛ ਨਹੀਂ ਸੀ ਤਾਂ ਮੈਨੂੰ ਐਡਵਾਈਸ ਦਿੰਦੇ ਸੀ, ਜਦੋਂ ਮੈਂ ਅੱਗੇ ਵਧਣ ਲੱਗਿਆ ਨਾ ਤਾਂ ਮੈਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਮੇਰੀ ਕਾਟ ਕਰਨ ਲੱਗ ਗਏ, ਲੱਤਾਂ ਖਿੱਚਣ ਲੱਗ ਗਏ, ਚਿੜਨ ਲੱਗ ਗਏ ਮੇਥੋਂ। ਠੀਕ ਹੈ, ਮੈਂ ਅਜਿਹਾ ਪਰਸਨ ਹੈਗਾ, ਮੈਂ ਆਪਦੀ ਤਾਰੀਫ ਕਰਾਂ, ਮੈਂ ਕਦੇ ਕਿਸੇ ਨਾਲ ਨਹੀਂ ਜੈਲਸੀ ਕਰਦਾ ਜੀ। ਉਹ ਮੇਥੋਂ ਕੀ ਕਰਦੇ ਨਾ ਪਤਾ ਨਹੀਂ, ਚਿੜਨ ਲੱਗ ਜਾਂਦੇ ਵੀ ਇਹ ਚੰਗੇ ਕੱਪੜੇ ਹੀ ਪਾਉਂਦਾ, ਅੱਗੇ ਕਿਉਂ, ਪੈਸੇ ਵੀ ਇਹਦੇ ਜੇਬ 'ਚ ਬਹੁਤ ਰਹਿੰਦੇ ਨੇ, ਪੋਜ਼ਿਟਿਵਿਟੀ ਬਹੁਤ ਹੈਗੀ ਹੈ। ਉਹ ਕਹਿੰਦੇ, ਉਹ ਚਾਹੁੰਦੇ ਨੇ ਕਿ ਜਿਵੇਂ ਮੈਂ ਟੁੱਟਿਆ ਹੋਇਆ ਨਾ ਮੇਰੀ ਤਰ੍ਹਾਂ ਰਹੇ, ਉਹ ਭਾਅ ਜੀ ਮੈਂ ਕਿਵੇਂ ਉਹਨਾਂ ਤਰ੍ਹਾਂ ਬਣ ਜਾ। ਉਹ ਐਂ ਹੁੰਦਾ ਨਾ ਵੀ ਲੱਤਾਂ ਖਿੱਚਣ ਵਾਲੇ ਵੀ ਕਹਿੰਦੇ ਨੇ ਲਾਈਫ 'ਚ ਜ਼ਰੂਰੀ ਨੇ, ਕਿਉਂਕਿ ਜੇ ਉਹ ਖਿੱਚਣਗੇ ਤਾਂ ਆਪਾਂ ਅੱਗੇ ਨੂੰ ਜ਼ਿਆਦਾ ਜ਼ੋਰ ਲਾਵਾਂਗੇ। ਉਹ ਇਹ ਦੇਖਦੇ ਨੇ ਵੀ ਬੰਦਾ ਹੈਂਡੀਕੈਪ ਜਾਂ ਕੱਪੜੇ ਸੋਹਣੇ ਪਾਉਂਦਾ, ਲੱਤ ਇਹਦੇ ਥੱਲੇ ਨਹੀਂ ਹੈਗੀ, ਇਹ ਹੀਰੋ ਬਣਿਆ ਰਹਿੰਦਾ ਹਰ ਟਾਈਮ, ਸਾੜ ਕਰਦੇ ਨੇ, ਸਾੜ ਕਰਦੇ ਨੇ ਵੀ ਚੰਗਾ ਖਾਂਦਾ, ਹੱਸਦਾ ਰਹਿੰਦਾ, ਡੇੜੀ ਆਉਂਦਾ, ਜੁੱਤੀਆਂ ਗੜਦਾ, ਬੂਟ ਪਾਲਿਸ਼ ਕਰਦਾ, ਅਤੇ ਆਪ ਐਵੇਂ ਰਹਿੰਦਾ। ਠੀਕ ਹੈ, ਪਰ ਭਾਅ ਜੀ ਮੈਂ ਇਹ ਕਹਿੰਦਾ ਸਾਰੇ ਜਿੰਦਾ ਹੱਕ ਹੈ, ਮੈਂ ਤੁਹਾਡੇ ਕੋਲ ਤੁਹਾਡੇ ਕੀ ਰਹੇ ਜਿੰਦਾ ਹੱਕ ਹੈ। ਬਿਲਕੁਲ, ਜੇ ਮੈਂ ਕਹਿੰਦਾ ਜੀ ਹੋਰ ਜੀਣ ਦੋ, ਤਾਂ ਕੋਈ ਗਲਤ ਨਹੀਂ ਹੈਗਾ, ਕੋਈ ਗਲਤ, ਮੈਂ ਕਿਸੇ ਚੋਰੀ ਕਰਦਾ, ਮੈਂ ਕਿਸੇ ਤੋਂ ਠੱਗੀ ਮਾਰਦਾ, ਆਪਦੀ ਮਿਹਨਤ ਕਰਦਾ ਅਤੇ ਆਪਦੇ ਆਪਦਾ ਹੀ ਕਮਾਨਾ, ਨਾ ਤਾਂ ਮੈਂ ਕਿਸੇ ਥੱਲੇ ਦਾ ਕੋਈ ਕਿਸੇ ਦਾ, ਨਾ ਤਾਂ ਮੈਂ ਕਿਸੇ ਦਾ ਬੋਸ ਤੇ ਨਾ ਮੈਂ ਕਿਸੇ ਦਾ ਚੇਲਾ, ਮੈਂ ਆਪਦੀ ਜ਼ਿੰਦਗੀ ਆਪ ਤਰੀਕੇ ਨਾਲ ਬਿਤਾਈ ਜਾਂਦਾ ਜੀ। ਉਹ ਮੇਰਾ ਪਰਮੇਸ਼ਵਰ, ਮੇਰਾ ਦਾਤਾ, ਮੇਰਾ ਵਾਹਿਗੁਰੂ, ਜਿਹੜਾ ਬਿਲਕੁਲ ਉਹੀ ਰੱਬ ਹੈਗਾ, ਉਹ ਜਿਹੜਾ ਆਪਾਂ ਸਾਰਿਆਂ ਜੀਵਨ ਚਲਾਉਂਦਾ, ਇਹ ਗੱਲਬਾਤ ਮੇਰੀ ਸਿੱਧੀ ਉਹਦੇ ਨਾਲ ਹੈ। ਬਈ ਆਪਾਂ ਗੱਲ ਕੀਤੀ ਮੈਰਿਜ ਤੁਹਾਡੀ ਦੀ, ਮੈਰਿਜ ਸਾਨੂੰ ਲੱਗਦਾ ਸੀ ਵੀ ਤੁਹਾਡੀ ਮੈਰਿਜ ਨਹੀਂ ਹੋਈ, ਚਲੋ ਪਰਮਾਤਮਾ ਨੇ ਤੁਹਾਡੀ ਮੈਰਿਜ ਕੀਤੀ, ਉਸ ਤੋਂ ਬਾਅਦ ਚਲੋ ਤੇ ਕੇਸ ਵੀ ਬਹੁਤ ਹੋ ਗਏ ਸੀ ਨਾ। ਅੱਛਾ ਜੀ, ਤੁਹਾਨੂੰ ਇਹ ਤਾਂ ਨਹੀਂ ਲੱਗਦਾ ਤੇ ਕੇਸ ਹੋ ਗਏ ਸੀ ਉਹਦੇ ਕਰਕੇ ਹੀ, ਉਹਨਾਂ ਨੇ ਕੇਸ ਕਰਤੇ ਸੀ, ਮਤਲਬ ਗੁੱਸੇ 'ਚ ਆ ਗਏ, ਬਹੁਤ ਸਾਰੇ ਕੇਸ ਕਰਤੇ ਸੀ। ਠੀਕ ਹੈ, ਬਈ ਇਹਨੇ ਮੰਮੀ ਪਾਪਾ ਮਾਰਦੇ ਨੇ ਜਿਹੜੇ, ਮਤਲਬ ਕੁੜੀ ਵਾਲੇ ਪਾਸੋਂ ਜਿਹੜੇ ਹੁੰਦੇ ਨਾ ਸਾਰੇ, ਉਹਨਾਂ ਸਾਰੇ ਠੋਕਤੇ ਸੀ ਮੇਰੇ ਉੱਤੇ ਕੇਸ, ਜਿੰਨੇ ਵੀ ਗਏ ਸੀ। ਅੱਛਾ, ਬਈ ਮਾਰਦੇ ਕੁੱਟਦੇ ਨੇ, ਟੋਰਚਰ ਕਰਦੇ ਨੇ, ਸਮਝੋ ਕਿ ਇਹਦੇ ਪਾਪਾ ਗਲਤ ਨਜ਼ਰ, ਮਤਲਬ ਉਹ ਵੀ ਸਾਰੀ ਚੀਜ਼ਾਂ ਨੂੰ ਪਾਤੀ, ਤਾਂ ਮੈਨੂੰ ਵੂਮੈਨ ਮੇਰੇ ਚੰਡੀਗੜ੍ਹ ਅੰਦਰ ਉਹਨਾਂ ਨੇ ਕੇਸ ਲਾਏ ਸੀ ਮੇਰੇ ਤੇ। ਠੀਕ ਹੈ, ਤੇ ਮੇਰਾ ਹਾਈ ਕੋਰਟ ਦੇ ਅੰਦਰ ਕੇਸ ਚੱਲਿਆ। ਠੀਕ, ਹਾਈ ਕੋਰਟ ਦੇ ਅੰਦਰ ਉਹ ਹੁਣ ਰਫਾ ਦਫਾ ਹੈ ਕਿ ਰਫਾ ਦਫਾ ਹੋ ਗਿਆ ਕਿ ਪਹਿਲਾਂ ਤਾਂ ਮੇਰੇ ਮੰਮੀ ਪਾਪਾ ਮਰਨ ਵਾਲੇ ਹੋਈ ਸੀ, ਜਿਨ੍ਹਾਂ ਨੇ ਕੋਈ ਥਾਣਾ ਨਹੀਂ ਦੇਖਿਆ ਸਰੀਫ ਬੰਦਿਆਂ ਨੇ, ਉਹ ਹਾਈ ਕੋਰਟ ਦਿਖਾਤਾ। ਬਿਲਕੁਲ, ਆਪਣੇ ਤਾਂ ਮਤਲਬ ਜਿਹੜਾ ਇੱਕ ਆਪਾਂ ਥਾਣੇ ਜਾਂਦੇ ਤਾਂ ਲੱਤਾਂ ਕੰਮਾਂ ਲੱਗ ਜਾਂਦੀ ਹੈ, ਆਮ ਬੰਦੇ ਨੂੰ ਤਾਂ ਫਾਈਲਕਾ ਚ ਤੋਂ ਬਾਹਰ ਵੀ ਨਹੀਂ ਜਾਇਆ ਜਾਂਦਾ ਨਾ। ਮੈਂ ਬਸ ਉਹ ਪਰਸਨ ਇਹ ਨਹੀਂ ਕਹਿੰਦਾ ਵੀ ਗੱਲ, ਬਸ ਇੰਨਾ ਹੈ ਕਿ ਵੀ ਕਿਸੇ ਨਾਲ ਇੰਨਾ ਮਾੜਾ ਨਾ ਕਰੋ ਜਨੂੰਨ ਚ ਆ ਕੇ, ਗੁੱਸੇ ਚ ਆ ਕੇ, ਕਿ ਫਿਰ ਤੁਹਾਨੂੰ ਬਈ ਮੈਂ ਤਾਂ ਨਹੀਂ ਕੁਛ ਕਹਾਂਗਾ, ਪਰ ਇੰਨਾ ਹੈ ਕਿ ਜਦੋਂ ਉਹ ਰੱਬ ਹਿਸਾਬ ਲੈਣ 'ਤੇ ਆਉਂਦਾ ਹੈ, ਉਹ ਤੁਹਾਨੂੰ ਪਾਈ ਪਾਈ ਦਾ ਮੁਤਾਜ ਕਰ ਦਿੰਦਾ। ਇਹ ਨਾ ਸੋਚੋ ਕਿ ਮੈਂ ਬਹੁਤ ਵੱਡਾ ਬਦਮਾਸ਼ ਹਾਂ ਜਾਂ ਮੈਂ ਬਹੁਤ ਵੱਡਾ ਗੁੰਡਾ, ਮੇਰਾ ਕੋਈ ਕੀ ਕਰ ਲਏਗਾ। ਟਾਈਮ ਸਾਲ 6 ਮਹੀਨੇ ਰੁਕ ਜਾਓ, ਮੈਂ ਕਹਿੰਦਾ ਮੈਂ ਇੰਨੇ ਮੈਂ ਚੀਜ਼ਾਂ ਵੇਖੀਆਂ ਨੇ, ਮੇਰਾ ਐਕਸਪੀਰੀਅੰਸ ਕਹਿੰਦਾ ਕਿ ਤੁਹਾਨੂੰ ਨਾ ਗੋਡੀਆਂ ਥੱਲੇ ਲਵਾ ਦਿੰਦਾ। ਬਿਲਕੁਲ, ਮਾੜੇ ਕੰਮ ਦਾ ਇੱਕ ਦਿਨ ਨਤੀਜਾ, ਜੇ ਤੁਸੀਂ ਕਿਸੇ ਨਾਲ ਗਲਤ ਕੀਤਾ ਤਾਂ ਇੱਕ ਦਿਨ ਤੁਹਾਡੇ ਨੇ ਵੇਖਿਆ ਹੈ। ਉਹਨਾਂ ਨੂੰ ਕੋਈ ਸੁਨੇਹਾ ਹੋਰ ਦੇਣਾ ਚਾਹੋ? ਬਸ ਇਹ ਮੈਂ ਕਹਿੰਦਾ ਮੈਂ ਗਲਤ ਤਾਂ ਨਹੀਂ ਕਹੀ ਉਹਨਾਂ ਨੂੰ, ਕੋਈ ਗਲਤ ਹੈ, ਬਸ ਇਹ ਕਹਾਂ ਮੇਰੀ ਕਿਸਮਤ ਜਿਵੇਂ ਸੀ ਉਹਨਾਂ ਨੂੰ ਲੱਗਿਆ, ਉਹ ਮੇਰੇ ਨਾਲ ਹਜੇ ਵੀ ਗੱਲ ਕਹਿੰਦਾ, ਕਹਿੰਦਾ ਮੈਂ ਤੁਹਾਡਾ ਪਿਆਰ ਹੈ, ਗੁੱਸੇ 'ਚ ਆਪਾਂ ਕਹਿਦਾ ਠੀਕ ਹੈ, ਉਹ ਮੈਨੂੰ ਕਹਿੰਦੇ ਨੇ ਕਿ ਬਈ ਵਾਪਸ ਆ ਜਾ, ਪਰ ਮੈਨੂੰ ਹੁਣ ਲੱਗਦਾ ਨਹੀਂ ਕਿ ਅਸੀਂ ਇਕੱਠੇ ਰਹਿ ਪਾਵਾਂਗੇ, ਕਿਉਂਕਿ ਬਹੁਤ ਕੁਛ ਹੋ ਗਿਆ। ਚਾਹੁੰਦੇ ਨੇ ਉਹ ਵਾਪਸ ਆਉਣਾ? ਹਾਂ, ਉਹ ਮੈਨੂੰ ਮੇਰੀ ਗੱਲਾਂ ਕਰਦੇ ਨੇ,
ਤਾਂ ਮੈਂ ਉਹਨਾਂ ਨਾਲ ਜ਼ਿਆਦਾ ਪੁੱਛਿਆ ਜਾਂ ਨਹੀਂ ਕਿ ਵੀ ਉਹਨਾਂ ਨੇ ਇੰਨਾ ਕਿ ਬਸ ਇੰਨਾ ਦੱਸਿਆ ਵੀ ਉਹਨਾਂ ਨੂੰ ਮੈਂ ਤਾਂ ਕੇਸ ਕੁਛ ਵਾਹਵਾ ਕਰਦੇ ਗੁੱਸੇ 'ਚ ਕਿ ਲੇਡੀਜ਼ ਤੁਹਾਨੂੰ ਪਤਾ ਜਦੋਂ ਗੁੱਸਾ ਆ ਜਾਂਦਾ ਕੁਛ ਵੀ ਮਾਰੋ ਇੱਕ ਮੀਆਂ ਵੀ ਜਦੋਂ ਜ਼ਿਆਦਾ ਖਟਾਸ ਆ ਜਾਂਦੀ ਹੈ ਨਾ ਉਹ ਇੱਕ ਦੂਜੇ ਨੂੰ ਮਾਰਨ ਨੂੰ ਉਤਾਰੇ ਹੋ ਜਾਂਦੇ ਨੇ ਵੀ ਮੈਂ ਤੈਨੂੰ ਮਾਰ ਦਾਂਗਾ ਕਿ ਮੈਂ ਤੈਨੂੰ ਮਾਰ ਦਾਂਗਾ ਵੀ ਹੁਣ ਪਿਆਰ ਵੀ ਸਾਡਾ ਉਨਾ ਹੀ ਗਲਤਫਹਿਮੀਆਂ ਬਹੁਤ ਕੁਛ ਹਾਂ ਉਹਨਾਂ ਨੂੰ ਗਲਤਫਹਿਮੀ ਉਹਨਾਂ ਮੈਨੂੰ ਕਿਹਾ ਹੈ ਉਹਨਾਂ ਮੈਨੂੰ ਕਿਹਾ ਮੈਨੂੰ ਮਿਲ ਕੇ ਵੀ ਆਇਆ ਚੰਡੀਗੜ੍ਹ ਇਹ ਜਗ੍ਹਾ ਮੈਨੂੰ ਮਿਲ ਕੇ ਵੀ ਆਇਆ ਮੈਂ ਆਪਦੇ ਬੇਟੇ ਨੂੰ ਮਿਲ ਕੇ ਆਇਆ ਸੀ ਮੈਨੂੰ ਬਹੁਤ ਮਤਲਬ ਮੈਂ ਰੋਣ ਲੱਗ ਗਿਆ ਸੀ ਵੀ ਮੇਰਾ ਬੇਟਾ ਬਹੁਤ ਪਰਮਾਤਮਾ ਹੈ ਤੰਦਰੁਸਤ ਫਿੱਟ ਹੈ ਸਹੀ ਹੈ ਯਾਦ ਨਹੀਂ ਆਉਂਦੀ ਬੇਟੇ ਯਾਦ ਬਹੁਤ ਆਉਂਦੀ ਕੀ ਕਰੀਏ ਮਜਬੂਰੀਆਂ ਨੇ ਹਾਂ ਬਸ ਉਹ ਕਹਿੰਦੇ ਨਾ ਬਈ ਜਦੋਂ ਇੱਕ ਬੰਦਾ ਕਹਿੰਦਾ ਬਈ ਮੇਰਾ ਡੈਡੀ ਕਹਿੰਦਾ ਜਦੋਂ ਤੂੰ ਬਾਪ ਬਣੇਗਾ ਉਹ ਗੱਲ ਯਾਦ ਆ ਗਈ ਵੀ ਜਦੋਂ ਖੁਦ ਬੰਦਾ ਪਿਓ ਬੰਦਾ ਵੀ ਬਿਲਕੁਲ ਜੀ ਹੁੰਦਾ ਹੀ ਹੈ ਇਮੋਸ਼ਨਲ ਨਾ ਹੋਵੋ ਕਿਉਂਕਿ ਪਰਮਾਤਮਾ ਸ਼ਾਇਦ ਕਦੇ ਨਾ ਕਦੇ ਮਿਲਾਉਣਗੇ ਜ਼ਰੂਰ ਉਹਨਾਂ ਨਾਲ ਆਪਾਂ ਨੂੰ ਚਲੋ ਮੈਂ ਤਾਂ ਇਹ ਕਹਿੰਦਾ ਬਈ ਬੰਦਾ ਜਿੱਥੇ ਵੀ ਰਹੇ ਖੁਸ਼ ਰਹੇ ਬਸ ਇਹ ਕਿ ਕੁਛ ਸਿੱਧੇ ਬੰਦੇ ਨਾਲ ਇਹ ਜਿਹਾ ਬੁਰਾ ਹੋ ਜਾਂਦਾ ਕਿ ਉਹ ਬੰਦਾ ਨਾ ਸਾਰੀ ਉਮਰ ਇਹ ਸੋਚਦਾ ਰਹਿੰਦਾ ਕਿ ਮੈਂ ਕਿਸੇ ਦਾ ਮਾੜਾ ਕੀ ਕੀਤਾ ਇਹ ਮਾੜਾ ਕੀ ਕੀਤਾ ਹੈ ਰੱਬਾ ਤੂੰ ਵੀ ਮੈਨੂੰ ਸੱਚਾ ਵੀ ਬਣਾਤਾ ਜਾਂ ਤੂੰ ਮੈਨੂੰ ਝੂਟਿਆਂ ਦੀ ਭਰਤੀ 'ਚ ਕਰ ਦਿੰਦਾ ਤੂੰ ਮੈਨੂੰ ਸੱਚੇ ਸਕੂਲ ਪਾ ਕੇ ਤੇ ਝੂਟਿਆਂ ਦੇ ਮੂੰਹ ਲਾਤਾ ਵਾਹ ਬਸ ਮੇਰੇ ਕੀ ਕੁਛ ਰੱਬ ਨਾਲ ਹੈ ਦੁੱਖ ਵੀ ਹੁੰਦਾ ਬਈ ਤੁਸੀਂ ਸੱਚਾਂ ਦੀ ਭਰਤੀ ਤੋਂ ਦੂਰ ਰੱਖਿਆ ਤੇ ਝੂਟਿਆਂ ਨਾਲ ਤੁਸੀਂ ਮਗਰ ਲਾਤਾ ਬਈ ਬਾਬਾ ਜੀ ਐਂ ਕਿਉਂ ਕਰਦੇ ਤੁਸੀਂ ਜ਼ਿਆਦਾ ਫਿਰ ਤੁਸੀਂ ਚੰਗੇ ਬੰਦੇ ਦੋ ਮੇਰੀ ਜ਼ਿੰਦਗੀ 'ਚ ਗਿਲਾ ਨਹੀਂ ਹੋਇਆ ਰੱਬ ਨਾਲ ਕਦੇ ਕਦੇ ਗੁੱਸੇ ਨਹੀਂ ਹੋਏ ਰੱਬ ਨਾਲ ਹਾਂ ਗਿਲੇ ਨਾਲ ਇਹ ਹੋਇਆ ਕਿ ਬਈ ਜਦੋਂ ਮੈਂ ਗੁੱਸੇ 'ਚ ਆ ਜਾਂਦਾ ਵੀ ਮੇਰੇ ਨਾਲ ਇੰਨਾ ਬੁਰਾ ਕੀ ਹੋ ਰਿਹਾ ਫਿਰ ਇੱਕ ਪੋਜ਼ਿਟਿਵਿਟੀ ਆਉਂਦੀ ਹੈ ਜੀ ਉਹ ਪਾਗਲ ਤੇ ਨਾ ਵਧੀਆ ਵੀ ਤਾਂ ਬਹੁਤ ਹੋ ਰਿਹਾ ਹੈ ਉਹ ਬੁਰੇ ਲੋਕ ਤਾਂ ਦੂਰ ਕਰਦੇ ਵੀ ਤੈਨੂੰ ਹੋਰ ਅੱਟ ਨਾ ਕਰਨ ਤੈਨੂੰ ਮਾਰ ਹੀ ਨਾ ਦੇਣ ਬਿਲਕੁਲ ਤੁਸੀਂ ਉਸ ਚੀਜ਼ ਨੂੰ ਵੀ ਮਤਲਬ ਪੋਜ਼ਿਟਿਵ ਮੈਨੂੰ ਫਿਰ ਆ ਜਾਂਦੀ ਪੋਜ਼ਿਟਿਵਿਟੀ ਆਉਂਦੀ ਵੀ ਉਹ ਜਿਹੜੇ ਬਈ ਤੂੰ ਇਕੱਲਾ ਹੈਗਾ ਵਧੀਆ ਤੈਨੂੰ ਕੋਈ ਚੱਕ ਤੇ ਨਹੀਂ ਲੈ ਗਈ ਪੁਲਿਸ ਵਾਲੇ ਜਿਹੜੇ ਨਾਲ ਨਸ਼ੇ ਕਰਦੇ ਹੁੰਦੇ ਕਰਨਗੇ ਜਾਂ ਕੋਈ ਕਿਸੇ ਨੇ ਗਲਤ ਕੰਮ ਕਰਤਾ ਕਿਸੇ ਗੰਦੀ ਸੰਗਤ ਤੇ ਨਹੀਂ ਹੈਗਾ ਵਧੀਆ ਇਕੱਲਾ ਹੀ ਹੈ ਨਾ ਬਿਲਕੁਲ ਦਿੱਕਤ ਜ਼ਰੂਰ ਆ ਰਹੀ ਹੈ ਪਰ ਤੈਨੂੰ ਕੋਈ ਹਾਨੀ ਤਾਂ ਨਹੀਂ ਹੋਈ ਨਾ ਆਹ ਚੀਜ਼ ਮੈਂ ਫਿਰ ਹੱਥ ਜੋੜਨਾ ਸੋਰੀ ਬਾਬਾ ਜੀ ਮੈਂ ਤੋਂ ਗਲਤੀ ਹੋ ਗਈ ਵੀ ਮੈਨੂੰ ਤੂੰ ਬੁਰੇ ਲੋਕਾਂ ਤੋਂ ਪਹਿਲਾਂ ਹੀ ਦੂਰ ਕਰ ਦਿੰਦਾ ਸ਼ਾਇਦ ਇਹੀ ਕਾਰਨ ਹੁੰਦਾ ਵੀ ਆਪਾਂ ਕਾਮਯਾਬ ਵੀ ਉਹਨਾਂ ਤੋਂ ਦੂਰ ਹੋ ਕੇ ਹੋਣਾ ਹਾਂ ਹਾਂ ਉਹਨਾਂ ਨੂੰ ਤਾਂ ਹੀ ਦੂਰ ਕੀਤਾ ਵੀ ਇਹ ਇਹਨੂੰ ਖਿੱਚਣਗੇ ਪਿੱਛੇ ਜੋ ਤੁਹਾਡੀ ਜ਼ਿੰਦਗੀ 'ਚ ਹੇਟਰ ਨਹੀਂ ਆਣਗੇ ਨਾ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਬਿਲਕੁਲ ਹੇਟਰ ਹੋਣੇ ਬਹੁਤ ਜ਼ਰੂਰੀ ਨੇ ਪਹਿਲਾਂ ਮੈਨੂੰ ਲੱਗਦਾ ਸੀ ਉਹ ਬਹੁਤ ਬੁਰੇ ਲੋਕ ਨੇ ਮੈਂ ਉਹਨੂੰ ਕਹਿੰਦਾ ਥੈਂਕ ਯੂ ਯਾਰੋ ਤੁਸੀਂ ਜੇ ਮੇਰੇ ਨਾਲ ਧੋਖਾ ਹੀ ਨਾ ਕਰਦੇ ਤਾਂ ਮੈਂ ਅੱਗੇ ਹੀ ਆਨੰਦ ਮੈਂ ਨਾ ਖੁਸ਼ ਹੀ ਨਾ ਰਹਿੰਦਾ ਨਾ ਪੋਜ਼ਿਟਿਵਿਟੀ ਆਨੰਦ ਮਿਲੀ ਹੁੰਦੀ ਹਿੰਮਤ ਨਹੀਂ ਆਉਂਦੀ ਜਨੂੰਨ ਨਹੀਂ ਆਉਂਦਾ ਬਿਲਕੁਲ ਤੇ ਬਾਈ ਜੀ ਲਾਸਟ ਤੇ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਵੀ ਚੰਗੇ ਭਲੇ ਮੇਰੇ ਵਰਗੇ ਲੋਕ ਜਿਨ੍ਹਾਂ ਦੇ ਦੋਨੋਂ ਹੱਥ ਦੋਨੋਂ ਪੈਰ ਸਲਾਮਤ ਨੇ ਹਾਂਜੀ ਹਾਂਜੀ ਕਈ ਵਾਰੀ ਚੌਂਕਾਂ ਤੇ ਖੜੇ ਭੀਖ ਮੰਗ ਰਹੇ ਹੁੰਦੇ ਨੇ ਹਾਂਜੀ ਜੀ ਹੱਥ ਅੱਡ ਰਹੇ ਹੁੰਦੇ ਨੇ ਹੈਂਡੀਕੈਪਡ ਵੀ ਕਾਫੀ ਵੇਖੇ ਆ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਤੁਸੀਂ ਉਹਨਾਂ ਲੋਕਾਂ ਨੂੰ ਜਾਂ ਜਿਹੜੇ ਹੈਂਡੀਕੈਪ ਨੂੰ ਆਪਣੀ ਕਮਜ਼ੋਰੀ ਸਮਝ ਲੈਂਦੇ ਹੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਲਾਸਟ ਤੇ ਸਾਡੇ ਕੈਮਰੇ ਦੇ ਮਾਧਿਅਮ ਨਾਲ ਸਭ ਤੋਂ ਪਹਿਲਾਂ ਤਾਂ ਉਹ ਬੰਦੇ ਨੂੰ ਉਹ ਚੀਜ਼ ਭੁੱਲ ਜਾਣੀ ਚਾਹੀਦੀ ਕਿ ਮੈਂ ਹੈਂਡੀਕੈਪ ਆ ਸਭ ਤੋਂ ਪਹਿਲਾਂ ਖਤਮ ਕਰ ਦਿਓ ਉਹ ਚੀਜ਼ ਨੂੰ ਇਗਨੋਰ ਕਰ ਦਿਓ ਮੇਰਾ ਕੋਈ ਅੰਦ ਨਹੀਂ ਹੈਗਾ ਉਹ ਮੇਰਾ ਸਾਰਾ ਕੁਛ ਹੈਗਾ ਸੈਕਿੰਡ ਗੱਲ ਕਿ ਤੁਸੀਂ ਪੋਜ਼ਿਟਿਵ ਪਹਿਲਾਂ ਰਹੋ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ ਜੀ ਟੁੱਟੋ ਨਾ ਮੁਸੀਬਤ ਆਉਣਗੇ ਟੁੱਟੋ ਨਾ ਛੋਟੀ ਸਟਾਰਟਿੰਗ ਕਰੋ ਇੰਨੀ ਜੀ ਸਟਾਰਟਿੰਗ ਕਰ ਦਿਓ ਹੌਲੀ ਹੌਲੀ ਜੇ ਤੁਸੀਂ ਸੋਚੋ ਮੈਂ ਇੱਕਦਮ ਨਾਲ ਮੇਰੇ ਨਾਲ ਵਧੀਆ ਹੋ ਨਹੀਂ ਪਾ ਰਿਹਾ ਤੇ ਛੋਟਾ ਤੁਸੀਂ ਕਰੋ ਨਾ ਉਹ ਬੰਦਾ ਟੁੱਟ ਜਾਂਦਾ ਉਹ ਫਿਰ ਝੂਠ ਬੋਲਣ ਲੱਗ ਜਾਂਦਾ ਗਲਤ ਕੰਮਾਂ 'ਚ ਪੈ ਜਾਂਦਾ ਠੱਗੀ ਮਾਰਨ ਲੱਗ ਜਾਂਦਾ ਫਿਰ ਉਹਦਾ ਇੱਕ ਪੇਸ਼ਾ ਬਣ ਜਾਂਦਾ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਵੀ ਤੁਹਾਡਾ ਬਹੁਤ ਬਹੁਤ 1000 ਗੁਣਾ ਥੈਂਕ ਯੂ ਕਹਿੰਦਾ ਸ਼ੁਕਰੀਆ ਕਹਿੰਦਾ ਧੰਨਵਾਦ ਕਹਿੰਦਾ ਕਿ ਤੁਸੀਂ ਮੇਰਾ ਇੰਟਰਵਿਊ ਲਿੱਤਾ ਤੁਸੀਂ ਜਦੋਂ ਆਏ ਸੀ ਮੈਂ ਕਿੰਨਾ ਬਿਮਾਰ ਸੀ ਉਸ ਦਿਨ ਤੇ ਬਸ ਇਹ ਕਿ ਕੁਛ ਲੋਕ ਹੈਗੇ ਨੇ ਆਪਦੇ ਫਾਈਲ ਕਰਦੇ ਉਹ ਮੈਨੂੰ ਅੱਗੇ ਨਹੀਂ ਦੇਖਣਾ ਚਾਹੁੰਦੇ ਤੇ ਜਿਹੜੇ ਅੱਗੇ ਵੇਖਣਾ ਚਾਹੁੰਦੇ ਨੇ ਉਹ ਬਸ ਕਿਤੇ ਨਾ ਕਿਤੇ ਬਸ ਤੁਸੀਂ ਉਹਨਾਂ ਦੀ ਫਿਕਰ ਨਾ ਕਰਿਆ ਕਰੋ ਜਿਹੜੇ ਤੁਹਾਡੇ ਨਾਲ ਨੇ ਹਾਂਜੀ ਹਾਂਜੀ ਮੈਂ ਬਹੁਤ ਅੱਜ ਖੁਸ਼ ਹੈਗਾ ਕਿ 15 ਸਾਲ ਬਾਅਦ ਕੋਈ ਆਪਦੇ ਸ਼ੇਅਰ ਤੋਂ ਕੋਈ ਮੇਰਾ ਇੰਟਰਵਿਊ ਲੈਣਾ ਇਹਨੇ ਇਸ ਤੋਂ ਪਹਿਲਾਂ ਕਿਸੇ ਨੇ ਮੇਰਾ ਹੱਥ ਨਹੀਂ ਫੜਿਆ
ਕਿ ਆ ਜਾ ਟਾਈਗਰ ਤੇਰਾ ਇੰਟਰਵਿਊ ਲੈ ਲਾ। ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ। ਥੈਂਕ ਯੂ ਸੋ ਮੱਚ ਬਾਈ, ਤੁਸੀਂ ਵੀ ਆਪਣਾ ਇੰਨਾ ਕੀਮਤੀ ਟਾਈਮ ਸਮਝ ਦਿੱਤਾ। ਨਹੀਂ ਨਹੀਂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਤੇ ਮੈਨੂੰ ਲੱਗਦਾ ਦਰਸ਼ਕਾਂ ਨੂੰ ਵੀ ਵੀਰੇ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਹੋਣਗੀਆਂ, ਅਤੇ ਮੈਨੂੰ ਤਾਂ ਇਹਨਾਂ ਦੀ ਗੱਲਾਂ ਸੁਣ ਕੇ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਆਈ ਹੈ। ਅਤੇ ਹਮੇਸ਼ਾ ਇਹੀ ਗੱਲ ਕਹਿੰਦੇ ਹਾਂ ਵੀ ਚੰਗੀਆਂ ਗੱਲਾਂ ਸੁਣਿਆ ਕਰੋ। ਅਸੀਂ ਵੀਰੇ ਹੋਰਾਂ ਦਾ ਨੰਬਰ ਵੀ ਨੀਚੇ ਮੈਨਸ਼ਨ ਕਰਾਂਗੇ, ਕਿਸੇ ਨੇ ਵੀਰੇ ਨੂੰ ਵੀਰੇ ਨਾਲ ਗੱਲ ਕਰਨੀ ਹੈ, ਵੀਰੇ ਨੂੰ ਮਿਲਣਾ ਹੈ ਤਾਂ ਤੁਸੀਂ ਮਿਲ ਸਕਦੇ ਹੋ। ਵੀਰੇ ਦਾ ਇੱਕ ਕਹਿਣਾ, ਅਸੀਂ ਆਫ ਕੈਮਰੇ ਗੱਲ ਕੀਤੀ ਸੀ, ਇਹਨਾਂ ਨੇ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਇਹਨਾਂ ਦੀ ਗੱਲ, ਕਿ ਇਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਫਾਈਨੈਂਸ਼ਲੀ ਕੁਛ ਨਹੀਂ ਚਾਹੀਦਾ, ਮੈਨੂੰ ਪੈਸਿਆਂ ਦਾ ਲਾਲਚ ਨਹੀਂ ਹੈ, ਮੈਨੂੰ ਸਿਰਫ ਇੰਡਸਟਰੀ 'ਚ ਕੰਮ ਦਿਵਾਓ ਜਾਂ ਕਿਤੇ ਵੀ ਕੰਮ ਤੁਸੀਂ ਦਿਵਾ ਸਕਦੇ ਹੋ ਤਾਂ ਵੀਰੇ ਨੂੰ ਕੰਮ ਜ਼ਰੂਰ ਦਿਓ। ਅਸੀਂ ਵੀਰੇ ਦਾ ਨੰਬਰ ਨੀਚੇ ਮੈਨਸ਼ਨ ਕਰਾਂਗੇ। ਅਤੇ ਲਾਸਟ 'ਤੇ ਇਹੀ ਕਹਾਂਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡੀ ਗੱਲਬਾਤ ਕਿਵੇਂ ਲੱਗੀ, ਤਾਂ ਕਿ ਅਸੀਂ ਤੁਹਾਡੇ ਲਈ ਅੱਗੇ ਤੋਂ ਹੋਰ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਮੈਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।